सात श्रीकाल तुम वेख रहे हो पंजाब मेल यू एस ए टी वीबा फोकस के स्वागत मैं हाँ संजीव यश खन्ना अल शिफा हस्पता दौ उनासी लाशा दफनाईया गई सो केसपता बंद हो रहे हैं मरीज मर रहे हैं बंबारी ने तो पहल ही जाना लीतिया ने हूँ ये काम भी शुरू हो गया और बदहाली है बदमनी है और अभी सारे ही कई दिनों तो इस चीज़ को डिस्कस कर रहे हैं आम ਲੋਕਾਂ ਦੀ ਜ਼ਿੰਦਗੀ ਦੀ ਵੈਲਿਊ ਕੀ ਹੈ ਵੱਡੇ ਵੱਡੇ ਪੋਲਿਟੀਕਲ ਮਨਸੂਬੇ ਵੱਡੇ ਵੱਡੇ ਦੇਸ਼ਾਂ ਦੀਆਂ ਵੱਡੀਆਂ ਵੱਡੀਆਂ ਫੌਜਾਂ ਵੱਡੀਆਂ ਵੱਡੀਆਂ ਗੱਲਾਂ ਪਰ ਆਮ ਲੋਕ ਛੋਟੇ ਲੋਕ ਛੋਟੇ ਲੋਗੇਸ ਕਰਕੇ ਕਿਉਂਕਿ ਨਾ ਵੱਡੇ ਲੋਕਾਂ ਦੀ ਆਈਡੀਓਲੋਜੀ ਦੇ ਵਿੱਚ ਛੋਟੇ ਲੋਕੀ ਨੇ ਪ੍ਰੈਕਟੀਕਲੀ ਜੋ ਮਰਜ਼ੀ ਗੱਲਾਂ ਕਰੀ ਜਾਂ ਪਰ ਜਦੋਂ ਐਦਾਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਆਮ ਲੋਕਾਂ ਨੂੰ ਇਹ ਵੱਡੀਆਂ ਪਾਵਰਸ ਕਿੱਥੇ ਰੱਖਦੀਆਂ ਨੇ ਔਰ ਜੁਬਾਲੇ ਸਿਆਣੇ ਲੋਕ ਕਹਿੰਦੇ ਉਹਦਾ ਹੀ ਰਹਿੰਦਾ ਨਾ ਇਹ ਤਾਂ ਚੱਲਦਾ ਹੀ ਰਹਿੰਦਾ ਨਾ ਇਦਾਂ ਤੇ ਹੋਣਾ ਹੀ ਚਾਹੀਦਾ ਕਿਉਂਕਿ ਦੇਸ਼ ਨੇ ਨਾ ਜੰਗਾਂ ਤੇ ਹੋਣ ਦੀਆਂ ਸ਼ੁਰੂਤਾਂ ਹੁੰਦੀਆਂ ਆ ਰਹੀਆਂ ਨੇ ਮੁੱਖ ਦੀ ਗੱਲ ਇਹ ਹੈ انسان ਅਕਲ ਕਦੋਂ ਸਿੱਖੂ ਇਨਸਾਨੀ ਜਾਨਾ ਮਨੁੱਖੀ ਜਾਨਾ ਸਭ ਕੁਦਰਤ ਦੀਆਂ ਸੰਤਾਨਾਂ ਨੇ ਕਦੋਂ ਤੱਕ ਗਵਾਈਆਂ ਜਾਣਗੀਆਂ ਕਦੋਂ ਤੱਕ ਵੇਸਟ ਕੀਤੀਆਂ ਜਾਣਗੀਆਂ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ ਫਿਰ ਇਹ ਸਿਆਣੇ ਲੋਕਾਂ ਨੂੰ ਜਵਾਬ ਮਿਲ ਜਾਣਾ ਹੈ ਖੈਰ ਕਦੋਂ ਅਕਲ劳 ਇਨਸਾਨ ਨੂੰ ਇਹ ਹਮੇਸ਼ਾ ਹੀ ਡਿਸਕਸ਼ਨ ਰਹੀ ਹੈ ਔਰ ਸ਼ੁਰੂ ਤੋਂ ਹੀ ਇਹ ਡਿਸਕਸ਼ਨ ਰਹੀ ਹੈ ਜਿੰਨੇ ਵੀ ਸਮਾਜ ਦੇ ਚਿੰਤਕ ਰਹੇ ਨੇ ਸੋਸ਼ਲ ਸਾਇੰਟਿਸਟ ਰਹੇ ਨੇ ਉਹ ਇਸ ਗੱਲ ਨੂੰ ਅੰਡਰਲਾਈਨ ਕਰਦੇ ਰਹੇ ਨੇ ਦੂਜੇ ਪਾਸੇ ਪੁਤਿੰਸਾਹਬ ਨੇ ਫੇਰ ਬਦਲ ਕੀਤਾ ਹੈ ਆਪਣੇ ਕਾਨੂੰਨ ਦੇ ਵਿੱਚ ਕਿਉਂਕਿ ਅਗਲੇ ਸਾਲ ਕਾਨੂੰਨ ਇਹ ਕਹਿੰਦਾ ਹੈ ਕਿ ਜੋ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਕੀ ਫੇਰ ਬਦਲ ਕੀਤੇ ਜਾਣ ਜੋ ਸੂਟ ਕਰਨਗੇ ਪੁਤਿਨ ਸਾਹਿਬ ਨੂੰ ਔਰ ਪੁਤਿਨ ਸਾਹਿਬ ਨੇ ਆਪਣੇ ਵਾਸਤੇ ਆਪਣੇ ਹੱਕ ਦੇ ਵਿੱਚ ਜੋ ਵੀ ਚੇਂਜ ਕਰਨੀ ਸੀ ਕਰ ਚੁੱਕੇ ਨੇ ਔਰ ਨਾਲ ਮੀਡੀਆ ਦੇ ਉੱਤੇ ਵੀ ਨਵੀਆਂ پابੰਦੀਆਂ ਲਗਾ ਦਿੱਤੀਆਂ ਗਈਆਂ ਨੇ 71 ইয়ার্স ওল্ড ਨੇ ਔਰ ਹੁਣ 6 ਸਾਲ ਸ਼ਾਇਦ ਹੋਰ ਮੰਗ ਰਹੇ ਨੇ ਇਹੀ ਐਕਸਪਰਟਸ ਮੰਨਦੇ ਨੇ ਕਿ 2030 ਤੱਕ ਸ਼ਾਇਦ ਪੁਤਿਨ ਸਾਹਿਬ ਹੀ ਰਹਿਣਗੇ ਰਸ਼ੀਆ ਦੇ ਵਿੱਚ ਕਾਬਜ਼ ਔਰ ਨਾਲ ਸ਼ੀ ਜਿਨਪਿੰਗ ਵੀ ਫੇਰ ਬਦਲ ਕਰਕੇ ਆਪਣਾ ਜਿਹਨੂੰ ਕਹਿੰਦੇ ਆ ਕਿ ਪੱਕਾ ਇੰਤਜ਼ਾਮ ਕਰ ਚੁੱਕੇ ਨੇ ਉਹ ਵੀ ਕਿਤੇ ਜਾਣ ਵਾਲੇ ਨਹੀਂ ਹੈਗੇ ਸੂਏ ਦੋਵਾਂ ਦੀਆਂ ਹੁਣ ਨੀਤੀਆਂ ਚੱਲਣਗੀਆਂ ਪੂਰੀ ਦੁਨੀਆ ਦੇ ਵਿੱਚ ਇਧਰੋਂ ਅਮਰੀਕਾ ਫਿਕਰਬੰਦ ਹੈ ਔਰ ਕਹਿੰਦੇ ਨੇ ਕਿ ਅਮਰੀਕਾ ਇਸ ਕਰਕੇ ਗ੍ਰੈਵਿਟੀ ਨਿਊਕਲੀਅਰ ਬੰਬ ਵੀ ਬਣਾਉਣ ਜਾ ਰਿਹਾ ਜੋ ਕਿ ਹਿਰੋਸ਼ੀਮਾ ਔਰ ਨਾਗਾਸਾਕੀ ਦੇ ਬੰਬ ਕੋਲੋਂ 24 ਗੁਣਾ ਜ਼ਿਆਦਾ ਪਾਵਰਫੁਲ ਹੋਏਗਾ ਔਰ ਇਹ ਰਸ਼ੀਆ ਤੇ ਚੀਨ ਨੂੰ ਜਵਾਬ ਹੈ ਅਮਰੀਕਾ ਦਾ ਔਰ ਇਧਰ ਮੁਲਾਕਾਤ ਹੋਣੀ ਹੈ ਜੋ ਬਾਈਡਨ ਸਾਹਿਬ ਦੀ ਸ਼ੀ ਜਿਨਪਿੰਗ ਨਾਲ ਔਰ ਐਕਸਪਰਟਸ ਮੰਨਦੇ ਨੇ ਕਿ ਇਹ ਵਧੀਆ ਮੌਕਾ ਹੈ ਕਿ ਆਪਸ ਦੇ ਵਿੱਚ ਜਿਹੜੇ ਮਨਮੋਟਾਬ ਹੋ ਗਏ ਨੇ ਜਿਹੜੇ ਹਾਲਾਤ ਔਰ ਜਿਹੜੇ ਸੰਬੰਧ ਵਿਗੜੇ ਨੇ ਉਹਨਾਂ ਨੂੰ ਮੁੜ ਤੋਂ ਰਿਵਾਈਵ ਕੀਤਾ ਜਾਵੇ ਸਹੀ ਕੀਤਾ ਜਾਵੇ ਪਰ ਕਿੱਥੇ ਜਾ ਕੇ ساری ਗੱਲ ਨਿਬੜਦੀ ਹੈ ਉਹ ਆਉਣ ਵਾਲਾ ਵਕਤ ਦੱਸੇਗਾ ਹੁਣ ਚੱਲਦੇ ਆਪਨੇ ਪੰਜਾਬ ਦੇ ਮੁੱਦਿਆਂ ਵੱਲ ਨਾਲ ਪਾਰਤ ਦੇ ਮੁੱਦਿਆਂ ਦੇ ਵੱਲ ਆਫਕੋਰਸ ਦੁਨੀਆ ਦੇ ਵੀ ਕੁਝ ਖਾਸ ਮੁੱਦੇ ਅਸੀਂ ਜ਼ਰੂਰ ਡਿਸਕਸ ਕਰਾਂਗੇ ਪੰਜਾਬ ਫੋਕਸ ਦੇ ਵਿੱਚ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਸੰਜੀਤ ਖੰਨਾ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਂਤੀ ਬਹਾਲ ਕਰਨਾ ਬਹੁਤ ਵੱਡਾ ਇੱਕ ਟਕਰਾਅ ਵੀ ਹੈ ਉਹਦੇ ਵਿੱਚ ਬਾਕੀ ਦੇਸ਼ਾਂ ਦੀ ਲੋਬੀ ਵੀ ਆ ਔਰ ਸ਼ਾਂਤੀ ਬਹਾਲ ਕਰਨਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਤੌਰ ਤੇ ਬਹੁਤ ਔਖਾ ਨਜ਼ਰ ਆ ਰਿਹਾ ਇਸ ਕਰਕੇ ਆ ਰਿਹਾ ਕਿ ਜੇ ਅਸੀਂ ਗੱਲ ਕਰੀਏ ਰਾਜਨੀਤੀ ਦੀ ਜੇ ਕਰੀਏ ਅਸੀਂ ਅੰਤਰਰਾਸ਼ਟਰੀ ਨੀਤੀ ਦੀ ਉਹਦੇ ਪਿੱਛੇ ਵੀ ਬਹੁਤ ਬਹੁਤ ਲੋਬੀ ਵੱਡੀਆਂ ਵੱਡੀਆਂ ਬਣੀਆਂ ਜਿਸ ਤਰ੍ਹਾਂ ਅਸੀਂ ਤੁਸੀਂ ਗੱਲ ਕੀਤੀ ਸੀ ਜਨਪਿੰਗ ਜਿਹੜੇ ਨੇ ਐਸਲੇ ਪ੍ਰੈਜ਼ੀਡੈਂਟ ਆਫ ਚైనా ਉਹ ਵੀ ਗੱਦੀ ਤੋਂ ਉੱਤਰ ਕੇ ਜਿਹੜਾ ਆਰਾਮ ਨਹੀਂ ਲੈਣਗੇ ਤੇ ਨਾਲ ਲੱਗਦੇ ਪੁਤਿਨ ਜੀ ਦਾ ਨਾਮ ਹੈ ਤੁਸੀਂ ਹੁਣ ਉਹ ਵੀ ਬਕਾਇਦਾ ਤੌਰ ਤੇ ਉਹ ਚੱਲਦੇ ਆ ਰਹੇ ਔਰ ਰਹੀ ਗਾਨ ਅਮਰੀਕਾ ਦੀ ਅਮਰੀਕਾ ਚ ਵੀ ਭਾਈਨ ਸਿੰਘ ਸਾਹਿਬ ਦਾ ਜਿਹ ਹੈ ਨਹੀਂ ਉਹ ਵੀ 올ਡ ਏਜ ਹੋ ਗਏ ਆ ਔਰ ਪੁਤਿਨ ਸਾਹਿਬ ਵੀ ਤੁਸੀਂ ਦੱਸਿਆ ਕਿ 76 ਸਾਲ ਤੋਂ ਉਪਰ ਹੋ ਗਏ 71 ਸਾਲ ਹਾਂ ਤਾਂ ਇਹ ਤਾਂ तकरीबन ਸਾਰੇ ਵੱਡੀ ਉਮਰ ਦੇ ਆ ਔਰ ਭਾਈਨ ਸਿੰਘ ਸਾਹਿਬ ਦਾ ਤਾਂ ਬਹੁਤ ਵਾਰੀ ਤੁਸੀਂ ਦੇਖਿਆ ਕਿ ਜਦੋਂ ਉਹ ਰਿਕਾਟਨ ਕਰਦੇ ਕੈਬਿਨ ਡਿੱਗੇ ਵੀ ਆ ਔਰ ਇਹਨਾਂ ਨੂੰ ਇੱਕ ਵਾਰੀ ਕੁਝ ਆ ਰਾਤ ਸਤੇ ਪੀ ਆਮ ਕੋਈ ਇਸ ਤਰ੍ਹਾਂ ਦਾ ਦਿਲਦਾਰ ਆ ਰਿਹਾ ਪਿਆ ਸੀਗਾ ਉਹ ਇਹਨਾਂ ਬਾਰੇ ਆਉਣ ਨਹੀਂ ਦਿੱਤਾ মিডিਆ ਤੇ ਔਰ ਇਹ ਦੇਖੋ ਜਿਹੜਾ ਵੀ ਗੱਡੀ ਨੂੰ ਚੰਬੜਦਾ ਉਹ ਹਟਦਾ ਨਹੀਂ ਔਰ ਰਹੀ ਗੱਲ ਜਿਸ ਧਰਤੀ ਤੇ ਅਸੀਂ ਬੈਠੇ ਆਂ ਇੰਡੀਆ ਇੰਡੀਆ ਚ ਵੀ ਦੋ ਟਰਮਸ ਤੱਕ ਤੇ ਮੋਦੀ ਸਾਹਿਬ ਰਹੀ ਸਾਡੇ ਪ੍ਰਧਾਨ ਮੰਤਰੀ ਹੁਣ ਵੁੱਡ ਵੀ ਵੀ ਇਹਨਾਂ ਦਾ ਲੱਗ ਰਿਹਾ ਕਿ ਇਸ ਵੇਲੇ ਜ਼ੋਰ ਜਿਹੜਾ ਹੈਗਾ ਜ਼ੋਰ ਫੜ ਰਹੀ ਹੈ ਬੀਜੇਪੀ ਇਹਨਾਂ ਦੀ ਪਾਰਟੀ ਔਰ ਇਲੈਕਸ਼ਨ ਚੱਲਤੇ ਆ ਵਾ ਫੋਰਥ ਕਮਿੰਗ ਇਲੈਕਸ਼ਨ ਆ ਗਈ ਲੋਕ ਸਭਾ ਲੋਕ ਸਭਾ ਔਰ ਇਹਨਾਂ ਬੁਸ਼ਾਰ ਕਰਤੀ ਸੂਲਤਾਨੀ ਸਾਰਾ ਕੁਝ ਕਰਤਾ ਔਰ ਇਹਨਾਂ ਨੇ ਆਪਣਾ ਫਿਰ ਪੈਂਤੜਾ ਪਟੋਲਾ ਬੰਨ ਲਿਆ ਆਪਣਾ ਆਪਣੀ ਤਰ੍ਹਾਂ ਦਾ ਕਿਉਂਕਿ ਅਗਲੇ ਪਾਸੇ ਇੰਡੀਆ ਜਿਹੜੀ ਗੱਠਜੋੜ ਬਣ ਗਿਆ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀ ਵੱਡੀ ਰੂਹ ਨਹੀਂ ਫੋਕੀ ਗਈ ਕਿ ਉਹਨਾਂ ਚ ਵੀ ਇੰਨੀ ਤਾਕਤ ਹੋਵੇ ਇਹਨਾਂ ਦੀ ਤਾਕਤ ਨੂੰ ਰੋਕਣ ਲਈ ਕਿਉਂਕਿ ਅਜੇ ਤਾਂ ਕੋਈ ਨਵੀਂ ਪਾਰਟੀ ਦਾ ਗੱਠਜੋੜ ਬਣਿਆ ਉਹਨਾਂ ਚ ਵੀ ਜੇ ਬਣਿਆ ਤਾਂ ਲੜਾਈ ਹੋਊਗੀ ਪ੍ਰਧਾਨ ਮੰਤਰੀ ਬਣਦੀ ਲੜਾਈ ਘਤੋਂ ਦੀ ਕੁਰਸੀ ਤੋਂ ਔਰ ਉਹ ਕੁਰਸੀ ਵੱਡੀ ਜਿਹੜੀ ਹੈਗੀ ਆ ਵੱਡੀਆਂ ਤਾਕਤਾਂ ਦੀ ਜਿਵੇਂ ਅਮਰੀਕਾ ਦੀ ਵੀ ਗੱਲ ਅਸੀਂ ਕੀਤੀ ਆ ਚਾਈਨਾ ਦੀ ਵੀ ਗੱਲ ਕੀਤੀ ਆ ਰਸ਼ੀਆ ਦੀ ਵੀ ਗੱਲ ਕੀਤੀ ਆ ਪਰ ਵੱਡੀਆਂ ਤਾਕਤਾਂ ਹੋਣ ਦੇ ਬਾਵਜੂਦ ਲੜਾਈ ਵਾਲੇ ਪਾਸੇ ਫਿਰ ਆ ਰਹੀਆਂ ਜਿਸ ਤਰ੍ਹਾਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਜੇ ਕਿਤੇ ਵੀ ਥੰਮੀ ਨਹੀਂ ਗਈ ਔਰ ਰਹੀ ਗੱਲ ਹੁਣ ਜਿਹੜੀ ਲੜਾਈ ਅਸੀਂ ਗੱਲ ਕਰਦੇ ਆ ਪਲਸਤੀਨ ਇਜ਼ਰਾਈਲ ਦੀ ਔਰ ਹਮਾਸ ਜਿਹੜੇ ਵਿੱਚ ਝੋੜ ਗਏ ਉਹਨਾਂ ਦਾ ਵੀ ਕੋਈ ਇਸ ਵੇਲੇ ਬੰਨ੍ਹੂ ਨਹੀਂ ਬੰਨਿਆ ਕਿ ਉਹਨਾਂ ਨੂੰ ਰੋਕਿਆ ਜਾਵੇ ਔਰ ਸ਼ਾਂਤੀ ਸੜ ਤੋਂ ਕੌਹਾਂ ਦੂਰ ਚਲੀ ਗਈ ਆ ਜਿਸ ਤਰ੍ਹਾਂ ਸੀ ਚਾਹਨਾ ਕੋਈ ਸ਼ਾਂਤੀ ਆਉਣ ਲਈ ਸਮਾਂ ਲੱਗੂਗਾ ਅੰਤਰਰਾਸ਼ਟਰੀ ਤੌਰ ਤੇ ਯੂਨੋ ਵੀ ਕੁਝ ਨਹੀਂ ਕਰ ਰਹੀ ਯੂਨੋ ਨੇ ਬੜਾ ਕੁਝ ਕੀਤਾ ਰਾਤ ਵੀ ਦਿੱਤੀ ਆ ਕੈਂਪ ਵੀ ਲਾਇਆ ਉਹ ਕੈਂਪਾਂ ਨੂੰ ਵੀ ਪੈ ਗਏ ਕੈਂਪਾਂ ਜੋ ਸਮਾਨ ਵਿੱਚ ਚੁੱਕ ਕੇ ਖਾ ਗਏ ਉਹ ਔਰ ਬਹੁਤ ਕੁਝ ਦਿੱਤਾ ਫਿਰ ਰਾਤ ਬੰਦ ਹੋ ਗਈ ਔਰ ਚਿੱਟਾ ਝੰਡਾ ਚੜਾਉਣ ਲਈ ਅਜੇ ਸਦੀਆਂ ਲੱਗਣਗੀਆਂ ਔਰ ਸੀਜ਼ਫਾਇਰ ਕਰ ਲਈ ਸਦੀਆਂ ਲੱਗਣਗੀਆਂ ਮਨਮਾਨੀ ਹੋ ਰਹੀ ਹੈ ਹਰ ਦੇਸ਼ ਵਿੱਚ ਕੋਈ ਕਿਸੇ ਦੀ ਮੰਨਦਾ ਨਹੀਂਗਾ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਚ ਇੱਥੇ ਵੀ ਰਿਆਸਤਾਂ ਦਾ ਹੜੰਦਾ ਹਰ ਪਾਸੇ ਰਿਆਸਤਾਂ ਬਣੀਆਂ ਸੀਗੀਆਂ ਔਰ ਟੁੱਟੇ ਪੈ ਸੀ ਲੋ ਮਹਾਰਾਸ਼ਟਰ ਵੱਖਰਾ ਸੀ ਪੰਜਾਬ ਵੱਖਰਾ ਸੀਗਾ ਹਨਾ ਉਹਦੇ ਵਿੱਚ ਆ ਇਹ ਬੰਗਾਲ ਵੱਖਰਾ ਸੀਗਾ ਇਸ ਸੀਜ਼ ਨੂੰ ਤੋੜ ਫੋੜ ਨੂੰ ਜਿਹੜਾ ਸਾਰਾ ਇਹਦੀ ਨਬਜ਼ ਫੜਨ ਲਈ ਇਸ ਇੰਡੀਆ ਕੰਪਨੀ ਆਗੇ ਉਹਨਾਂ ਨੂੰ ਪਤਾ ਇਹ ਤੇ ਖੇਰੂ ਖੇਰੂ ਹੋਏ ਆ ਇਹਨਾਂ ਨੇ ਵੱਖਰੇ ਹੋ ਜਾਣਾ ਉਹਨਾਂ ਨੇ ਰਾਜ ਕਰ ਲਿਆ ਔਰ 300 ਸਾਲ ਤੋਂ ਉੱਪਰ ਰਾਜ ਕਰਕੇ ਗਏ ਜਦੋਂ ਅਸੀਂ ਦਫਾੜ ਹੋ ਜਾਂਦੇ ਆ ਤੇੜਾ ਪੈ ਜਾਂਦੀ ਆ ਜਦੋਂ ਸਾਡੇ ਚ ਦੁਈ ਦੁਇਤ ਆ ਜਾਂਦੀ ਆ ਤੇ ਫਿਰ ਸਾਨੂੰ ਬਾਬਾ ਨਾਨਕ ਦੀ ਬਾਣੀ ਯਾਦ ਆਉਂਦੀ ਆ ਕਿ ਸਰਬੱਤ ਦਾ ਭਲਾ ਕਰੀਏ ਤੋ ਟਲੰਗਰ ਵਰਤਾਈਏ ਬਿਪਤਾ ਤੇ ਕਾਮਾਈਏ ਦੁਇ ਦਵਾਤੋਂ ਦੂਰ ਰਹੀਏ ਫਿਰ ਅਸੀਂ ਮੰਨਦੇ ਆ ਨਹੀਂ ਤੇ ਜਦੋਂ ਅਸੀਂ ਕੁਰਸੀ ਤੇ ਬੈਠੇ ਹੁਣ ਫਿਰ ਅਸੀਂ ਆਨੇ ਨਹੀਂ ਕੋਈ ਦੁਇ ਦਵਾਤ ਨੂੰ ਕੁਝ ਨਹੀਂ ਆਗਾ ਰਾਜ ਕਰੋ ਤੇ ਪਾੜੋ ওই ਗੱਲ ਹੁੰਦੀ ਆ ਅੰਗਰੇਜ਼ਾਂ ਦੀ ਪਾਲਿਸੀ ਯੈਸ ਖੈਰ ਚਲੋ ਵੱਡੇ ਲੋਕ ਵੱਡੀਆਂ ਗੱਲਾਂ ਗੱਲ ਸਹੀ ਹੈ ਹੁਣ ਆਪਾਂ ਅੱਗੇ ਤੁਰਦੇ ਹਾਂ ਜੀ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਹਿੰਦੇ ਮਿਲਣਾ ਹੈ ਔਰ ਸਾਰੇ ਐਕਸਪਰਟਸ ਇਹ ਕਹਿ ਰਹੇ ਨੇ ਕਿ ਇੱਕ ਵਧੀਆ ਮੌਕਾ ਹੈ ਕਿ ਆਪਸ ਦੇ ਸਬੰਧ ਸੁਧਾਰੇ ਜਾਣ ਕਿਉਂਕਿ ਚੀਨ ਨੇ ਪਿਛਲੇ ਜਦੋਂ ਉਹ ਜਸੂਸੀ ਗੁਬਾਰਾ ਭੇਜਿਆ ਸੀ ਔਰ ਅਮਰੀਕਾ ਨੇ ਆਪਣੀ ਮਿਜ਼ਾਈਲ ਨਾਲ ਉਹਨੂੰ ਸੁੱਟਿਆ ਸੀ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਆਪਸ ਦੇ ਵਿੱਚ ਗੱਲਬਾਤ ਬੰਦ ਹੋ ਗਈ ਹੁਣ ਕਹਿੰਦੇ ਨੇ ਕਿ ਬਾਈਡਨ ਸਾਹਿਬ ਚਾਹੁੰਦੇ ਨੇ ਕਿ ਮੁੜ ਕੇ ਗੱਲਬਾਤ ਸ਼ੁਰੂ ਹੋਵੇ ਔਰ ਮਿਲਟਰੀ ਦੇ ਵਿੱਚ ਕਮਿਊਨੀਕੇਸ਼ਨ ਪੈਦਾ ਹੋਵੇ ਕਿਉਂਕਿ ਦੁਨੀਆ ਨੂੰ ਸ਼ਾਂਤੀ ਦੀ ਲੋੜ ਹੈ ਔਰ ਬਾਈਡਨ ਸਾਹਿਬ ਇਸ ਏਜ ਚ ਆ ਚੁੱਕੇ ਨੇ ਸਾਰੇ ਦੁਨੀਆ ਸਾਰੀ ਜ਼ਿੰਦਗੀ ਦੇਖ ਚੁੱਕੇ ਨੇ ਔਰ ਐਸੇ ਨਿਸ਼ਕਰਸ਼ ਤੇ ਪਹੁੰਚੇ ਹੋਣਗੇ ਕਿ ਸ਼ਾਂਤੀ ਤੋਂ ਇਲਾਵਾ ਹੋਰ ਕੋਈ ਚੰਗਾ ਟੰਗ ਨਹੀਂ ਹੋ ਸਕਦਾ ਜੀਣ ਦਾ ਕਿਉਂਕਿ 80 ਸਾਲ ਦੀ ਉਮਰ ਹੋ ਚੁੱਕੀ ਹੈ ਉਹਨਾਂ ਦਾ ਤਜਰਬਾ ਇਹੀ ਹੋਏਗਾ ਆ ਕਿ ਸ਼ਾਂਤੀ ਰੱਖੋ ਯਾਰ ਬਹੁਤ ਹੋ ਗਿਆ ਯਾਰ ਥੱਕ ਕੇ ਲੜ ਲੜ ਕੇ ਕਿਉਂਕਿ ਇਹ ਇਹ ਵਿਚਾਰਤਾਰ ਹੁਣ ਬਦਲਨੇ ਚਾਹੀਦੀ ਹੈ ਕਿ ਟਕਰਾਵ ਕਿਸੇ ਮੁਸ਼ਕਲ ਦਾ ਹੱਲ ਹੋ ਸਕਦਾ ਨਹੀਂ ਆਪਸ ਚ ਬੈਠ ਕੇ ਸੰਵਾਦ ਤੁਸੀਂ ਬਾਬਾ ਨਾਨਕ ਜੀ ਦੀ ਗੱਲ ਕੀਤੀ ਉਹ ਇਹੀ ਕਹਿੰਦੇ ਨੇ ਬੈਠ ਕੇ ਸੰਵਾਦ ਰਚਾਓ ਡਿਸਕਸ ਕਰ ਡਿਸਕਸ਼ਨ ਕਰੋ ਗੋਲ ਮੇਜ਼ ਕਾਨਫਰੰਸ ਜਿਹੜੀ ਆਪਾਂ ਕਹਿੰਦੇ ਆ ਟੇਬਲ ਤੇ ਬਹਿ ਕੇ ਗੱਲਬਾਤ ਕਰੋ ਉਹਨੇ ਸਿੱਧ ਗੋਸ਼ਟ ਵੀ ਕੀਤੀ ਹੈ ਨਾ ਜਿੱਥੇ ਸਿੱਧਾ ਨਾਲ ਗੋਸ਼ਟੀ ਕਰਕੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਜੋ ਕੁਝ ਕਰ ਰਹੇ ਸੀ ਉਹ ਲੋਕਾਂ ਦੇ ਭਲੇ ਲਈ ਨਹੀਂ ਹੈਗਾ ਤੁਸੀਂ ਬਾਹਰ ਆ ਜਾਓ ਨਹੀਂ ਤੇ ਤੁਸੀਂ ਵੀ ਥੋੜਾ ਖਤਰੇ ਦੇ ਬਹੁਤ ਨੇੜੇ ਆ ਗਏ ਜੀ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀਗਾ ਔਰ ਇਹ ਗੱਲ ਜਿਹੜੀ ਤੁਸੀਂ ਸੀਜਨ ਪਿੰਗ ਦੀ ਕੀਤੀ ਆ ਔਰ ਉਹਦੇ ਚ ਬਾਈਡਨ ਸਾਹਿਬ ਦੀ ਕੀਤੀ ਆ ਉਹਨਾਂ ਨੇ ਸਮੇਂ ਚ ਉਹਨਾਂ ਦੇ ਤਾਲੁਕਾਤ ਜਿਹੜੇ ਹੈ ਕਿ ਹੁਣ ਥੋੜੇ ਜੇ ਨਾਰਮਲ ਹੋਣ ਵਾਲੇ ਆ ਔਰ ਮੀਟਿੰਗ ਜਿਹੜੀ ਸਨ ਫਰਾਂਸਿਸਕੋ ਅਮਰੀਕਾ ਦੇ ਇੱਕ ਖੇਰੀ ਸਟੇਟ ਦੇ ਵਿੱਚ ਹੋ ਰਹੀ ਹੈ ਔਰ ਉਹਦੇ ਵਿੱਚ ਇਹਨਾਂ ਨੇ ਕੁਝ ਮੂਲ ਮੁੱਦੇ ਰੱਖੇ ਆ ਇਦੇ ਵਿੱਚ ਇਹਨਾਂ ਨੇ ਕਿਹਾ ਇੱਕ ਤਾਂ ਇਲੈਕਟ੍ਰੋਨਿਕਸ ਦੀ ਆਮ ਦਾ ਬਰਾਮਦ ਹੁੰਦੀ ਸੀ ਜਿਹੜੀ ਉਹਦੇ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਜੋ ਜੋ ਸਮਾਨ ਸਾਨੂੰ ਦੇ ਰਹੇ ਜੇ ਉਹ ਅਸੀਂ ਤੇ ਤੁਹਾਨੂੰ ਵਾਜਬ ਜਿਹੜੀ ਕੀਮਤ ਦੇਵਾਂਗੇ ਦੂਜੀ ਗੱਲ ਜਿਹੜੀ ਤੁਸੀਂ ਗਵਾਰੇ ਵਗੈਰੇ ਕੀਤੀ ਹੈ ਜਿਹੜਾ ਵੈਦਰ ਰਿਪੋਰਟ ਲੈਂਦਾ ਉਹਨਾਂ ਨੇ ਕਿਹਾ ਸੀ ਵੈਦਰ ਦਾ ਕਰ ਰਿਹਾ ਵਾ ਉਹਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਕੋਈ ਨਾ ਕੋਈ ਛੱਕੀ ਤਰੀਕੇ ਨਾਲ ਸੀ ਫੜਿਆ ਇਹਨੂੰ ਇਹਦੇ ਬਾਅਦ ਹੋਰ ਇਹਨਾਂ ਦੀ ਕਈ ਹੋਰ ਵੀ ਵੈਪਨ ਕਈ ਮਜ਼ਾਈਲਾ ਦੇ ਦਿੱਤੇ ਉਹਨਾਂ ਦਾ ਸ਼ੱਕ ਸੀਗਾ ਕਿ ਸਾਡੇ ਦੇ ਵਰਤਨ ਲਈ ਆ ਰਹੀ ਹੈ ਜਾਂ ਇਜ਼ਰਾਇਲ ਨੂੰ ਭੇਜ ਰਹੇ ਆ ਔਰ ਇਹਨਾਂ ਦੇ ਅਸਲ ਚ ਜਿਹੜਾ ਬਣਿਆ ਲੌਬੀ ਕੰਟਰੀ ਸਾਰਿਆਂ ਨੂੰ ਇਹ ਅੰਦਰ ਖਾਤੇ ਭੇਜਦੇ ਆ ਜਿੱਥੇ ਲੜਾਈ ਲੱਗੀ ਹੋਈ ਚਾਹਨਾ ਵੀ ਭੇਜਦਾ ਇਹ ਵੀ ਭੇਜਦਾ ਚਾਹਨਾ ਹੁਣ ਰਸ਼ੀਆ ਨਾਲ ਉਹਦੇ ਗੱਟ ਜੋੜ ਹੈਗਾ ਯੂਕਰੇਨ ਦੇ ਉਲਟ ਹੋ ਗਿਆ ਔਰ ਇਹ ਹੁਣ ਪਾਲਿਸੀ ਜਿਹੜੀ ਬਣੀ ਹੈ ਇਸ ਵੇਲੇ ਨੈਸ਼ਨਲ ਲੈਵਲ ਦੀ ਇੰਟਰਨੈਸ਼ਨਲ ਲੈਵਲ ਦੀ ਔਰ ਇਹਨਾਂ ਦੋਹਾਂ ਕੰਟਰੀ ਦੇ ਆਪਸੀ ਸਮਝੌਤਾ ਇਸ ਕਰਕੇ ਕਰ ਲਿਆ ਕਿ ਹੁਣ ਸਿਜਨਪਿੰਗ ਤਾਂ ਹੁਣੇ ਹੀ ਬਣਿਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਦੁੱਜੀ ਆ ਔਰ ਬਾਜਨ ਸਾਹਿਬ ਜਾ ਰਹੇ ਆ ਉਹਨਾਂ ਨੂੰ ਇਹ ਪਤਾ ਸੀ ਕਿ ਇਹਨਾਂ ਨਾਲ ਘਟ ਚੋੜ ਕਰ ਲਈਏ ਕਿਉਂਕਿ 트럼ਪ ਸਾਹਿਬ ਵੀ ਉਹਨਾਂ ਦੇ ਮੋਢੇ ਨਾਲ ਤੇ ਜੜੇ ਚੜੇ ਪਏ ਆ 트럼ਪ ਸਾਹਿਬ ਉਹਦ ਨੂੰ ਕਹਿ ਰਿਹਾ ਕਿ ਮੈਂ ਵੁੱਡ ਬੀ ਪ੍ਰੈਜ਼ੀਡੈਂਟ ਆਫ ਯੂ ਐਸ ਏ ਬਣਨਾ ਚਾਹ ਰਿਹਾ ਔਰ ਉਹਦੇ ਵਿੱਚ ਹੋਰ ਵੀ ਤਾਕਤਾਂ ਆ ਰਹੀਆਂ ਬੇਸਿਕਲੀ ਜਿੱਥੇ ਪਾਗ ਆ ਲਾ ਕੇ ਜਿਹੜੀ ਹੈਗੀ ਐ ਇਲੈਕਸ਼ਨ ਵਾਲਾ ਸਟੰਟ ਚੱਲਦਾ ਹੁੰਦਾ ਇਹਦੇ ਵਿੱਚ ਬਹੁਤ ਚਿੰਤਕਾਂ ਨੇ ਕਿਹਾ ਕਿ ਇਹਦੇ ਵਿੱਚ ਹੋ ਸਕਦਾ ਕਿ ਕੁਝ ਪ੍ਰਭਾਵ ਇੰਡੀਆ ਤੇ ਵੀ ਪਵੇ ਕਿਉਂਕਿ ਇੰਡੀਆ ਦੇ ਜਿਹੜੀ ਹੈ ਇਲੈਕਸ਼ਨ ਆ ਰਹੀ ਹੈ ਜਿਹੜੇ ਸਾਡੇ ਉੱਤੇ ਐਨ ਆਰ ਆਈ ਵੀਰ ਬੈਠੇ ਨੇ ਜਾ ਕੁਛ ਸਾਡੇ ਇੰਡਸਟਰੀਅਲਸ ਬੈਠੇ ਆ ਜਾਂ ਸਾਡੇ ਉੱਥੇ ਕੋਈ ਨੀਤੀਮਾਨ ਬੈਠੇ ਆ ਉਹਨਾਂ ਨੂੰ ਵੀ ਆਪਣੇ ਆਪਣੇ ਸੋਚ ਦੇ ਅੰਦਰ ਲਿਆਉਣਾ ਚਾਹ ਰਹੇ ਆ ਬਾਈਡਨ ਸਾਹਿਬ ਔਰ ਬਾਈਡਨ ਸਾਹਿਬ ਕਹਿੰਦੇ ਕਿ ਜਿਹੜੇ ਮੇਰੇ ਪਾਸੇ ਆਜਣ ਤੇ ਜਿਹੜੇ ਅਸੀਂ ਲੋਕ ਸਾਨੂੰ ਮੰਨਦੇ ਯੂਐਸਏ ਨੂੰ ਇਹ ਮੋਦੀ ਸਾਹਿਬ ਨੂੰ ਥੋੜਾ ਜਿਹਾ ਫੇਵਰ ਕਰਨ ਕਿਉਂਕਿ ਇਹਨਾਂ ਦੇ ਵੀ ਘਟਚੋੜ ਹੈਗਾ ਔਰ ਵੁੱਡ ਅਗਲੇ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਮੀਟਿੰਗ ਹੋ ਗਈ ਮੋਦੀ ਸਾਹਿਬ ਨਾਲ ਉਹਨਾਂ ਦੀ ਚਿੰਤਾ ਕਰ ਰਹੇ ਹੁਣ ਚਾਣਾ ਨਾ ਕਰ ਲਈ ਇਹਨਾਂ ਨੇ ਫਿਰ ਮੋਦੀ ਸਾਹਿਬ ਨੂੰ ਕਰਨਗੇ ਸਰਚ ਪਾ ਲਾ ਕੇ ਅੰਦਰੂਨੀ ਤੌਰ ਤੇ ਇਲੈਕਸ਼ਨ ਵਾਲਾ ਹੀ ਹੈਗਾ ਕਿ ਇਮੀਡੀਏਟ ਇਹਨਾਂ ਨਾਲ ਚైనా ਨਾਲ ਗੱਲਬਾਤ ਕਰਨੀ ਇਹ ਇਹ ਜਿਆਦਾ ਸ਼ੰਕਾ ਵਾਲੀ ਗੱਲ ਹੈ ਕਿਉਂਕਿ ਇਸ ਕਰਕੇ ਹੈਗਾ ਕਿ ਅਮਰੀਕਾ ਤੇ ਚైనా ਦੀ ਆਪਸੀ ਤਾਂ ਟਕਰਾਅ ਚੱਲਦਾ ਰਿਹਾ ਬਹੁਤ ਜਿਆਦਾ ਹੁਣ ਇਹਨਾਂ ਨੇ ਕਿਹਾ ਟਕਰਾਅ ਨੂੰ ਅਸੀਂ ਥੋੜਾ ਜਿਹਾ ਵਧੀਆ ਸ਼ਾਂਤੀ ਦੇ ਬਹਾਲ ਕਰਨ ਲਈ ਗੱਲ ਕਰਾਂਗੇ ਟਕਰਾਅ ਨਹੀਂ ਰੱਖਾਂਗੇ ਜਿਹੜਾ ਜੋ ਕੁਝ ਸਾਡੇ ਸ਼ੰਕੇ ਨੇ ਨਵੇਂ ਤੋਂ ਹੋ ਜਾਣਗੇ ਔਰ ਇਹਦਾ ਕਰਕੇ ਇਹਨਾਂ ਨੇ ਆਪਣੇ ਇਹਨਾਂ ਨੇ ਉਹਨਾਂ ਨੂੰ ਬੁਲਾ ਲਿਆ ਸ਼ੀ ਜਨਪਿੰਗ ਨੂੰ ਕਿ ਸਾਡੇ ਨਾਲ ਗੱਲਬਾਤ ਕਰੋ ਉਹ ਅਗੇ ਤੇ ਆਰ ਸੀ ਨਾਲ ਆਉਣ ਦੇ ਔਰਨੇ ਦੇ ਵਿੱਚ ਦੇਖੋ ਇੰਡੀਆ ਤੇ ਕੀ ਇਮਪ੍ਰੈਸ਼ਨ ਪੈਂਦਾ ਹੈ ਇਹਦਾ ਤਾਂ ਪਾਲਾ ਕੇ ਜਿਹੜੇ ਵੀ ਸਾਡੇ ਕਾਨੂੰਨੀ ਮਾਹਰ ਨੇ ਜਾਂ ਸਾਡੇ ਜਿਹੜੇ ਚਿੰਤਕ ਨੇ ਸਕਾਲਰ ਨੇ ਦਾਰਸ਼ਕ ਨੇ ਉਹ ਇਹੀ ਕਹਿ ਰਿਹਾ ਕਿ ਚਾਈਨਾ ਔਰ ਅਮਰੀਕਾ ਔਰ ਕੈਨੇਡਾ ਜਿਦ ਜਿਦ ਇੱਥੇ ਇਕੱਠੇ ਹੋ ਗਏ ਪਾਲਿਸੀ ਉਹਨਾਂ ਦੀ ਫਿਰ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਦੀ ਪਾਲਿਸੀ ਬਣ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਡਿਵੈਲਪਿੰਗ ਕੰਟਰੀ ਹੈ ਇਹਨਾਂ ਨੂੰ ਉਹਨਾਂ ਦਾ ਆਖਾ ਮੰਨਣਾ ਪਏਗਾ ਕਾਰਨ ਹੀ ਹੈ ਨਾ ਕਿ ਜੋ ਮੇਨ ਪਾਵਰ ਹੈ ਉਹਤੇ ਅਮਰੀਕਾ ਦੇ ਹੱਥ ਵਿੱਚ ਹੈ ਔਰ ਕਈ ਲੋਕ ਕਹਿੰਦੇ ਨੇ ਕਿ ਅਮਰੀਕਾ ਦੀ ਇਮੇਜ ਖਰਾਬ ਹੋ ਰਹੀ ਹੈ ਨੈਗੇਟਿਵ ਹੋ ਰਹੀ ਹੈ ਤਾਂ ਜੋ ਵੱਡੇ ਸਿਆਣੇ ਨੇ ਉਹ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਉਹਨੂੰ ਕਿਉਂਕਿ ਉਹ ਬਹੁਤ ਰਿਚ ਕੰਟਰੀ ਹੈ ਔਰ ਇਸ ਗੱਲ ਦੀ ਪਰਵਾਹ ਵੀ ਨਹੀਂ ਕਰਦਾ ਕਿ ਲੋਕ ਕੀ ਸੋਚਦੇ ਨੇ ਉਹ ਆਪਣੀ ਚਾਲੇ ਚੱਲਦਾ ਹੈ ਰਿਚ ਕੰਟਰੀ ਨੂੰ ਕੋਈ ਉਹਨੇ ਕਿਹੜਾ ਕੋਈ ਸੱਕੋ ਕੋ ਮੰਗਣਾ ਉਹ ਕਹਿੰਦੇ ਨੇ ਹਰ ਵਾਰ ਤਾਂ ਹੈ ਨਹੀਂ ਉਹ ਤਾਂ ਸੈਲਫ ਡਿਪੈਂਡੈਂਟ ਹੈ ਉਹਨੂੰ ਪਤਾ ਕਿ ਮੈਂ ਆਤਮ ਨਿਰਭਰਾ ਮੈਨੂੰ ਕਿਸੇ ਅੱਗੇ ਹੱਥ ਖੜਾਰਨ ਦੀ ਲੋੜ ਨਹੀਂ ਬਿਲਕੁਲ ਸਹੀ ਗੱਲ ਹੈ ਔਰ ਇਸ ਕਰਕੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਅਤੇ ਆਪਣੇ ਤਰੀਕੇ ਨਾਲ ਆਪਣੀ ਪਾਲਿਸੀ ਲੈ ਕੇ ਚੱਲਦਾ ਜੀ ਜੀ ਸੋ ਇਦਰ ਚੂਡੋ ਸਾਹਿਬ ਦੀ ਜਿਹੜੀ ਗੱਲ ਉਹਨਾਂ ਨੇ ਫਿਰ ਰਿਪੀਟ ਕੀਤੀ ਹੈ ਉਹ ਹੀ ਗੱਲ ਕਿ ਭਾਰਤ ਦਾ ਸ਼ਮੂਲੀਅਤ ਹੈ ਨੀਜਰ ਹੱਤਿਆਕਾਂਡ ਦੇ ਵਿੱਚ ਭਾਰਤ ਦੀਆਂ ਏਜੰਸੀਜ਼ ਜਾਂ ਏਜੰਟਸ ਦੀ ਉਸ ਦੇ ਨਾਲ ਹੁਣ ਦੇਖੋ ਸਬੰਧ ਕੀ ਬਣਦੇ ਨੇ ਕਿਉਂਕਿ ਵੀਜ਼ੇ ਤਾਂ ਖੁੱਲ ਗਏ ਨੇ ਪਰ ਫਿਰ ਵੀ ਸਬੰਧ ਹਜੇ ਖਟਾਈ ਵਾਲੇ ਲੱਗਦੇ ਨੇ ਕਿਉਂਕਿ ਇਦਾਂ ਦਾ ਜੋ ਮਾਹੌਲ ਬਣਿਆ ਹੈ ਇਹ ਦੋਨਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ ਹੈ ਹਾਂ ਵਾਰ-ਵਾਰ ਬਿਆਨਬਾਜ਼ੀ ਅਪੀਲ ਕਰਨਾ ਇਹ ਲੱਗਦਾ ਕਿ ਇਹਦੇ ਵਿੱਚ ਟਕਰਾਅ ਅਜੇ ਹੈ ਔਰ ਧੀਮਾ ਟਕਰਾਅ ਹੈਗਾ ਜਿਹਦੇ ਵਿੱਚ ਬਾਜਨ ਸਾਹਿਬ ਨੇ ਦੁਬਾਰਾ ਆਟਵਾ ਚੋਂ ਐਲਾਨ ਕਰ ਦਿੱਤਾ ਕਿ ਭਾਰਤ ਨੂੰ ਮੈਂ ਇਸ ਕਰਕੇ ਦੁਹਰਾ ਰਿਹਾ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਕਿ ਉਹਨਾਂ ਨੂੰ ਮੇਰੇ ਨਾਲ ਸਹਿਯੋਗ ਦੇਣਾ ਚਾਹੀਦਾ ਜਿਹੜਾ ਕਤਲकांड ਹੋਇਆ ਸੀਗਾ ਹਰਦੀਪ ਨਿੱਜਰ ਦਾ ਔਰ ਉਹਦੇ ਵਿੱਚ ਆਂਦਾ ਮੈਂ ਕਿਹਾ ਸੀਗਾ ਕਿ ਤੁਹਾਡੇ ਆਪਣੇ ਏਜੰਟਾ ਉਹਦੇ ਵਿੱਚ ਸਬੂਤ ਵੀ ਮੈਂ ਤੁਹਾਨੂੰ ਦਿੱਤਾ ਔਰ ਉਹਦੇ ਵਿੱਚ ਉਹਨਾਂ ਨੇ ਹੋਰ ਵੀ ਗੱਲ ਕਹੀ ਹੈ ਕਿ ਜਿਹੜੇ ਐਸਲੇ ਹੋਰ ਵੀ ਇੱਕ ਦੋ ਦੋ ਕਤਲ ਹੋਏ ਆ ਔਰ ਉਹ ਇਹ ਬ੍ਰਿਟਿਸ਼ ਕੋਲੰਬੀਆ 'ਚ ਹੀ ਹੋਏ ਆ ਇੱਕ ਪਿਓ ਪੁੱਤ ਦਾ ਔਰ ਉਹਨਾਂ ਦੋਨੋਂ ਉਪਲ ਮਿਸਟਰ ਉਪਲ ਨੇ ਉਹਨਾਂ ਨੂੰ ਵੀ ਮਾਰਿਆ ਗਿਆ ਉਹ ਕਹਿੰਦੇ ਗਏ ਦਿਨ ਬਦਿੰਨ ਜੋ ਕੁਝ ਹੋ ਰਿਹਾ ਹੈ ਤੁਹਾਡੇ ਬੰਦੇ ਆਪ ਵਿੱਚ ਲੜ ਕੇ ਕਰ ਰਹੇ ਆ ਔਰ ਉਹ ਤੋਂ ਪਹਿਲਾਂ ਵੀ ਆ ਦਿਵਾਲੀ ਦੇ ਮੌਕੇ ਤੇ ਵੀ ਕੁਝ ਦੋ ਫੈਮਲੀਆਂ ਦਾ ਆਪਸੀ ਟਕਰਾਅ ਹੋਇਆ ਕੁਝ ਤਾਂ ਇੱਕ ਆਪਣਾ ਨੈਸ਼ਨਲ ਐਂਥਮ ਆ ਉਹਨੂੰ ਵੀ ਉਹਨਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਆਪਣੇ ਕੰਟਰੀ ਦੇ ਆਪਣੇ ਲੋਕ ਹੈਗੇ ਇਹ ਚ ਕੈਨੇਡੀਅਨ ਕੋਈ ਨਹੀਂ ਹੈਗਾ ਔਰ ਫਿਰ ਆਪਣੀ ਕੰਟਰੀ ਮੰਨਦੀ ਨਹੀਂ ਦੂਜਾ ਨੇ ਕਿਹਾ ਜਿਹੜਾ ਵਿਆਨਾ ਸਮਝੌਤਾ ਜਿਹੜੀ ਟ੍ਰੀਟੀ ਸੀ ਵਿਆਨਾ ਦੀ ਉਹਦੀ ਲੰਘਣਾ ਕੀਤੀ ਆ ਇੰਡੀਆ ਨੇ ਜਦੋਂ 1961 ਦੇ ਵਿੱਚ ਵਿਆਨਾ ਚ ਸਮੇਲਨ ਹੋਇਆ ਸੀਗਾ ਜਿਹਦੇ ਵਿੱਚ ਚੰਨਨ ਕਿਹਾ ਸੀਗਾ ਕਿ ਕੋਈ ਵੀ ਦੇਸ਼ ਇਹਦੀ ਉਲੰਘਣਾ ਨਹੀਂ ਕਰੂਗਾ ਜਨੇ ਕੂਟਨੀਤਿਕ ਨੇ ਜਾਂ ਜਨੇ ਉੱਥੋਂ ਦੇ ਐਮਬੈਸਡਰ ਨੇ ਜਾਂ ਜਨੇ ਵੀ ਆ ਉਹਨਾਂ ਦੀ ਤਾਦਾਦ ਕੋਈ ਜੀ ਹੋਣੀ ਜ਼ਰੂਰੀ ਆ ਔਰ ਉਹਨਾਂ ਨੇ ਲੰਗਣਾ ਕੀਤੀ ਜੋ ਕਿ ਸਾਡੇ ਉਦੋਂ ਦੇ ਚੱਲ ਰਹੀ ਸੀ ਤੇ 40 ਕੁ ਟਨਿਤਕ ਜੜੇ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਵਾਪਸ ਭੇਜ ਦਿੱਤਾ ਉਹਨਾਂ ਨੂੰ ਵੀ ਇਸ ਗੱਲ ਦਾ ਥੋੜੀ ਨਰਾਜ਼ਗੀ ਹੈ ਟਰੂਡੋ ਸਾਹਿਬ ਨੂੰ ਔਰ ਉਹਨਾਂ ਨੇ ਉਹ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਜੇ ਇੰਡੀਆ ਦੇ ਡਿਵੈਲਪਿੰਗ ਕੰਟਰੀ ਕੰਮ ਕਰ ਰਿਹਾ ਤੇ ਜੇ ਰਿਚਸਟ ਜਾਂ ਡਿਵੈਲਪਡ ਕੰਟਰੀ ਨੇ ਕਰ ਦਿੱਤੀ ਤੇ ਫਿਰ ਇਹਨਾਂ ਨੂੰ ਪੰਜਾਬੀ ਚ ਕਹਿੰਦੇ ਭੱਜਣ ਦੀ ਰਾਹ ਨਹੀਂ ਲੱਭਣਾ ਔਰ ਅਮਰੀਕਾ ਉਹਨਾਂ ਨੇ ਕਹਤਾ ਸਾਡੇ ਨਾਲ ਅਮਰੀਕਾ ਦੇ ਵਦੇਸ਼ ਮੰਤਰੀ ਨੇ ਵੀ ਗੱਲ ਕਹਿ ਦਿੱਤੀ ਉਹਨਾਂ ਨੂੰ ਕਿ ਸਹਿਯੋਗ ਇੰਡੀਆ ਨੂੰ ਦੇਣਾ ਚਾਹੀਦਾ ਹੈਗਾ ਹੁਣ ਇਹਨਾਂ ਨੇ ਚੁੱਪ ਬੱਤੀ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਚੁੱਪ ਬੱਟਣ ਦੀ ਇਹਨਾਂ ਦੀ ਆਦਤ ਹੈਗੀ ਆ ਮਨੀਪੁਰ ਚ ਜੋ ਕੁਛ ਹੋਇਆ ਉਦੋਂ ਵੀ ਨਹੀਂ ਬੋਲੇ ਔਰ ਇਹਨਾਂ ਤਸ਼ੱਦਦ ਇਹਨਾਂ ਬਲੱਡ ਸ਼ਾਟ ਇਹਨਾਂ ਕੌਣ ਖਰਾਬਾ ਹੋ ਗਿਆ ਉਹਦੇ ਚ ਕੀ ਇਹਨਾਂ ਨੂੰ ਸਿੱਟਾ ਨਿਕਲਿਆ ਇਹ ਉਦੋਂ ਬੋਲਦੇ ਆ ਇਹ ਸਰਕਾਰ ਉਦੋਂ ਬੋਲਦੀ ਹੈ ਜਦੋਂ ਸਿਰ ਤੋਂ ਪਾਣੀ ਨਿਕਲ ਜਾਂਦਾ ਹੁਣ ਵੀ ਜਿਹੜੀ ਗੱਲ ਹੈਗੀ ਆ ਕਿ ਹੁਣ ਠੰਡੇ ਪਾਸੇ ਚ ਪਾਈ ਆ ਨਹੀਂ ਤੇ ਜੇ ਟਰੂਡੋ ਸਾਹਿਬ ਨੇ ਕਿਹਾ ਹੁੰਦਾ ਦੋ ਉਹਨਾਂ ਦਾ ਆਪਣਾ ਵਿਦੇਸ਼ ਮੰਤਰੀ ਉੱਤੇ ਭੇਜ ਕੇ ਕੋਈ ਗੱਲਬ ਜਦੋਂ ਫੈਨਸ ਮਿਨਿਸਟਰੀ ਭੇਜਦੇ ਨੇ ਕੋਈ ਭੇਜਦੇ ਨੇ ਨਾਲ ਤੇ ਮੋਦੀ ਸਾਹਿਬ ਖੁਦ ਜਾਂਦੇ ਹੀ ਆ ਉਹਨਾਂ ਇਨਵਾਈਟ ਕਰ ਰਹੇ ਨੇ ਇਹਨਾਂ ਨੂੰ ਕੋਈ ਕੋਈ ਆਪਾਂ ਸਮੇਲਨ ਰੱਖੀਏ ਕੋਈ ਸਮਾਗਮ ਰੱਖੀਏ ਇਹਦੇ باوجود ਵੀ ਇਸ ਟਕਰਾਅ ਨੂੰ ਇਹ ਹੋਰ ਲੰਬਾ ਕਰਦੇ ਜਾ ਰਿਹਾ ਜਿੱਦਾਂ ਆਪਾਂ ਕਹਿੰਦੇ ਵੀ ਦੁੱਧ ਚ ਪਾਣੀ ਪਾ ਕੇ ਉਹ ਰੜਕਣ ਵਾਲੀ ਗੱਲ ਹੈਗੀ ਆ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ ਟਰੂਡੋ ਸਾਹਿਬ ਨੇ ਕਹਿਤਾ ਕਿ ਜੇ ਲੰਬਾ ਵਾਅਦਾ ਗਿਆ ਜੇ ਗੱਲ ਵੱਧ ਗਈ ਤੇ ਇਹਦੇ ਚ ਸਾਨੂੰ ਇਹਨਾਂ ਨੁਕਸਾਨ ਨਹੀਂ ਹੋਣਾ ਹੈ ਇੰਡੀਆ ਨੂੰ ਨੁਕਸਾਨ ਹੋਊਗਾ ਪਰ ਉਹਨਾਂ ਨੇ ਕਿਹਾ ਵੀ ਮੈਂ ਅਸੀਂ ਅਜੇ ਕੋਈ ਇਸ ਤਰ੍ਹਾਂ ਦਾ ਆ ਜਿਹੜਾ ਨੁਕਸਾਨ ਵਾਲਾ ਕਦਮ ਨਹੀਂ ਚੁੱਕਿਆ ਤੇ ਨਾ ਚੁੱਕਾਂਗੇ ਸਾਡੇ ਜਿਹੜੇ ਇਹਨਾਂ ਨਾਲ ਰਿਲੇਸ਼ਨ ਨੇ ਜਿਸ ਤਰ੍ਹਾਂ ਜਿਹੜੇ ਇਹਨਾਂ ਨਾਲ ਮੇਲ ਜੋੜਾ ਉਸੇ ਤਰ੍ਹਾਂ ਦੁਬਾਰਾ ਹੀ ਬਹਾਲ ਰੂਗਾ ਗੱਲ ਤਾਂ ਵਧੀਆ ਕੀਤੀ ਦੇਖੋ ਵੱਡੇ ਦੇਸ਼ ਕੀ ਗੱਲ ਕਰਦੇ ਸਾਡੇ ਜਦਾਂ ਕਹਿੰਦੇ ਛੋਟੇ ਬੰਦੇ ਨੂੰ ਜਾਂ ਜਿਹੜਾ ਮਾੜਾ ਬੰਦਾ ਹੁੰਦਾ ਉਹਨੂੰ ਗੁੱਸਾ ਛੇਤੀ ਆ ਜਾਂਦਾ ਉਹਨਾਂ ਨੂੰ ਕੋਈ ਗੁੱਸਾ ਨਹੀਂਗਾ ਉਹਨਾਂ ਦਾ ਤਾਂ ਰਿਲੇਸ਼ਨ ਸਿਰਫ ਇੰਡੀਆ ਕੱਲੇ ਨਾਲ ਨਹੀਂ ਇਹਨਾਂ ਨੇ ਤਾਂ ਵਰਲਡਵਾਈਡ ਬਹੁਤ ਸਾਰੇ ਕੰਟਰੀ ਨਾਲ ਆ ਗਿਆ 5 Ws ਜਿਹੜੀ ਹੈਗੇ ਉਹਦੇ ਆਪ ਪ੍ਰਮੁੱਖ ਨੇਤਾ ਹੋ ਗਏ ਔਰ ਇਹ ਤਕਰਾਂ ਨੂੰ ਜੇ ਹੁਣੇ ਸਰਕਾਰ ਨੇ ਨਾ ਹੋਲਡ ਕੀਤਾ ਨਾ ਕੰਟਰੋਲ ਕੀਤਾ ਨਾ ਕਾਬੂ ਪਾਇਆ ਫਿਰ ਅਗਲੀਆਂ ਇਲੈਕਸ਼ਨ ਆ ਗਈਆਂ ਇਲੈਕਸ਼ਨ ਤੇ ਵੀ ਇਹਨਾਂ ਨੂੰ ਪ੍ਰਭਾਵ ਚਰਨਾ ਪਊਗਾ ਕਿਉਂਕਿ ਉੱਥੇ ਸਾਡੇ ਐਨਆਰਈ ਵੀਰ ਬੈਠੇ ਆ ਉਹ ਵੀ ਇਸ ਗੱਲ ਤੋਂ ਨਰਾਜ਼ ਹੋਣਗੇ ਕੁਝ ਔਰ ਨਰਾਜ਼ਗੀ ਮਹਿਸੂਸ ਕਰ ਰਹੇ ਹੋਣਗੇ ਜਿਸ ਦੇਸ਼ 'ਚ ਬੈਠੇ ਜਿਸ ਧਰਤੀ ਦੇ ਬੈਠੇ ਆ ਤੁਹਾਡੇ ਉਹਨਾਂ ਨਾਲ ਸਬੰਧ ਚੰਗੇ ਨਾ ਹੋਣ ਤੇ ਉੱਥੋਂ ਦੇ ਪ੍ਰਵਾਸੀ ਭਾਰਤੀ ਕਿਉਂ ਲੋਕ ਸਰਕਾਰ ਨਾਲ ਮੇਲ ਜੋਲ ਰੱਖਣਗੇ ਇਹ ਗੱਲ ਹੈਗੀ ਫਿਰ ਇਹ ਕਹਿੰਦੇ ਆ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਮੌਜੂਦਾ ਪ੍ਰਗਉਂਤਮਾਨ ਜੀ ਨੇ ਕਿਹਾ ਸੀਗਾ ਕਿ ਇਨਵੈਸਟਮੈਂਟ ਇਹਨਾਂ ਨੂੰ ਕਰਨੀ ਚਾਹੀਦੀ ਆ ਜ਼ਮੀਨਾਂ ਖਰੀਦਣੇ ਚਾਹੀਦੀਆਂ ਕੰਪਨੀਆਂ ਲਾਉਣੀਆਂ ਚਾਹੀਦੀਆਂ ਇਹਦੇ ਨਾਲ ਤੇ ਆ ਕੇ ਸਾਡਾ ਹੱਥ ਨਾਲ ਹੱਥ ਮਲਾਉਣਾ ਪਰ ਜੇ ਤੁਸੀਂ ਉਹਨਾਂ ਦੀ ਸੁਣਨੀ ਨਹੀਂ ਜੇ ਤੁਸੀਂ ਉਹਨਾਂ ਨਾਲ ਗੱਲ ਹੀ ਨਹੀਂ ਕੋਈ ਇਸ ਤਰ੍ਹਾਂ ਦੀ ਕਰਨੀ ਤਾਂ ਉਹ ਕਿਉਂ ਆਉਣਗੇ ਇਸ ਕਰਕੇ ਇਨਵੈਸਟਮੈਂਟ ਬਹੁਤ ਘਟ ਗਈ ਹੈ ਕੋਈ ਐਨ ਆਰ ਆ ਵੀਰੇ ਇੱਥੇ ਕੰਮ ਕਰਕੇ ਰਾਜ ਨਹੀਂ ਜਿਉ ਕਰਦਾ ਤੇ ਸਕੂਲਾਂ ਦੇ ਲਈ ਕਰ ਰਿਹਾ ਸਕੂਲਾਂ ਦੀ ਟੱਟੀਆਂ ਛੱਤਾਂ ਨੇ ਜਾਂ ਉੱਥੇ ਬੱਚਿਆਂ ਦੇ ਰਹਿਣ ਲਈ ਫਰਨੀਚਰ ਆਉਣਾ ਚਾਹੀਦਾ ਬੈਂਡ ਫਰਨੀਚਰ ਆਉਣਾ ਚਾਹੀਦਾ ਕਿਤਾਬਾਂ ਹੋਣੀਆਂ ਚਾਹੀਦੀਆਂ ਉਹ ਕੰਮ ਕਰ ਰਿਹਾ ਔਰ ਧਾਰਮਿਕ ਸਥਾਨਾਂ ਤੇ ਵੀ ਪੈਸਾ ਲਾ ਰਿਹਾ ਪਰ ਸਰਕਾਰ ਦੇ ਵਿੱਚ ਜਿੱਥੇ ਇਨਵਾਲਵਮੈਂਟ ਹੈਗੀ ਆ ਜਿੱਥੇ ਅਪਰੂਵਲ ਮੰਗਦੇ ਉੱਥੇ ਕੋਈ ਵੀ ਪ੍ਰਵਾਸੀ ਭਾਰਤੀ ਕੰਮ ਚ ਨਹੀਂ ਆ ਰਿਹਾ ਔਰ ਪੈਸਾ ਨਹੀਂ ਖਰਚ ਰਿਹਾ ਪਹਿਲਾਂ ਬਹੁਤ ਪ੍ਰਵਾਸੀਆਂ ਨੇ ਕੰਮ ਕੀਤਾ ਪਰ ਹੁਣ ਇਸ ਮੰਸ਼ੇ ਤੋਂ ਦੂਰ ਚਲੇ ਗਏ ਦੇਖੋ ਗੱਲ ਇਦਾਂ ਹੀ ਆ ਕਿ ਹਰ ਚੀਜ਼ ਜਿਹੜੀ ਆ ਟਾਈਮ ਦੇ ਮੁਤਾਬਿਕ ਆ ਕੋਈ ਸ਼ਾਰਟ ਟਰਮ ਪਾਲਿਸੀ ਹੁੰਦੀ ਹੈ ਕੋਈ ਲੌਂਗ ਟਰਮ ਪਾਲਿਸੀ ਹੁੰਦੀ ਹੈ ਲੌਂਗ ਟਰਮ ਪਾਲਿਸੀਜ਼ ਦੇ ਅਸਰ ਜਿਹੜੇ ਨੇ ਔਰ ਨਤੀਜੇ ਜਿਹੜੇ ਨੇ ਉਹ ਲੌਂਗ ਟਰਮ ਦੇ ਵਿੱਚ ਆਉਣਗੇ ਲੰਬੇ ਸਮੇਂ ਚ ਆਉਣਗੇ ਸ਼ਾਰਟ ਟਰਮ ਦੇ ਇਮੀਡੀਏਟਲੀ ਆਉਣਗੇ ਹੁਣ ਜਿਹੜੀਆਂ ਇਹ ਪਾਲਿਸੀਜ਼ ਨੇ ਜਿਹਨੇ ਫੋਰਨ ਪਾਲਿਸੀ ਹੈ ਇਹ ਹਮੇਸ਼ਾ ਲੌਂਗ ਟਰਮ ਪਾਲਿਸੀ ਹੁੰਦੀ ਹੈ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਬੰਧ ਹਮੇਸ਼ਾ ਬਣੇ ਰਹਿਣ ਜਿੱਦਾਂ ਇਸ ਡਿਵੈਲਪਮੈਂਟ ਨੂੰ ਸਸਟੇਨੇਬਲ ਡਿਵੈਲਪਮੈਂਟ ਦੇ ਡਿਵੈਲਪਮੈਂਟ ਹਮੇ ਸੋ ਕਈ ਪਾਲਿਸੀਜ਼ ਜਦਿਆਂ ਨੇ ਜਿਹਨਾਂ ਹੁਣ ਛੋਟੇ ਟਰਮ ਦੇ ਰਿਜ਼ਲਟ ਚਾਹੀਦੇ ਨੇ ਉਹ ਜਿਵੇਂ ਨਿਜਰ ਹੱਤਿਆ ਕਾਂਡ ਹੈ ਇਹ ਸ਼ਾਰਟ ਟਰਮ ਪਾਲਿਸੀ ਹੋਣੀ ਚਾਹੀਦੀ ਹੈ ਕਿ ਇਹਦੇ ਫੌਰਨ ਨਤੀਜੇ ਚਾਹੀਦੇ ਨੇ ਇਹ ਜੇ ਲੌਂਗ ਟਰਮ ਬਣ ਗਈ ਤੇ ਬਹੁਤ ਜ਼ਿਆਦਾ ਨੁਕਸਾਨ ਕਰੇਗਾ ਹਾਂ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਵੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਬੈਦਾ ਕਰਨੀ ਹੈ ਉਹ ਜ਼ਰੂਰ ਕੀਤੀ ਜਾਏ ਔਰ ਸਾਰੀ ਮਿਸਅੰਡਰਸਟੈਂਡਿੰਗ ਦੂਰ ਕੀਤੀ ਜਾਏ ਜ਼ਰੂਰ ਸੋ ਅੱਗੇ ਆਪਾਂ ਵਧੀਏ ਰਿਸ਼ੀ ਸੁਹਣਕ ਸਾਹਿਬ ਵੀ ਕਹਿੰਦੇ ਨੇ ਕਿ ਕੈਬਨਿਟ ਦੇ ਵਿੱਚ ਫੇਰ ਬਦਲ ਕਰਦੇ ਪਏ ਨੇ ਕਿਉਂਕਿ ਪਿੱਛੇ ਜਿਹੇ ਇਲੈਕਸ਼ਨਸ ਦੇ ਵਿੱਚ ਦੇਖਿਆ ਗਿਆ ਜੋ ਬ੍ਰਿਟਾਨੀਆ ਦੇ ਵਿੱਚ ਹੋਈਆਂ ਨੇ ਕੁਝ ਇੱਕ ਸ਼ਾਰਟ ਟਰਮ ਚਲਦੀਆਂ ਰਹਿੰਦੀਆਂ ਨੇ ਛੋਟੇ ਛੋਟੇ ਇਲੈਕਸ਼ਨਸ ਵੀ ਚਲਦੀਆਂ ਰਹਿੰਦੀਆਂ ਨੇ ਉਹਦੇ ਵਿੱਚ ਇਹਨਾਂ ਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਮਿਲੀ ਪਬਲਿਕ ਦੀ ਤੇ ਕਿਤੇ ਨਾ ਕਿਤੇ ਲੱਗਦਾ ਕਿ ਪਪੂਲਾਰਿਟੀ ਤਾਂ ਨਹੀਂ ਗਵਾ ਬੈਠੇ ਆਪਣੀ ਕਿਉਂਕਿ ਨੈਚੁਰਲੀ ਜਦੋਂ ਵੇ ਬੜਨਾ ਸੀ ਉਦੋਂ ਵੀ ਬਹੁਤ ਕੁਝ ਰੇਸਿਸਿਜ਼ਮ ਦੀ ਗੱਲ ਪੱਕੀ ਤੌਰ ਤੇ ਆ ਜਾਂਦੀ ਹੈ ਔਰ ਅੱਜ ਵੀ ਹੋਏਗੀ ਜ਼ਰੂਰ ਹੋਏਗੀ ਸੋ ਇਹਨਾਂ ਨੇ ਕੁਝ ਸਮੇਂ ਦੇ ਮੁਤਾਬਿਕ ਆਪਣੀ ਕੈਬਨਿਟ ਦੇ ਵਿੱਚ ਫੇਰ ਬਦਲ ਕੀਤੇ ਨੇ ਹਾਂ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਰਿਚੀ ਸੋਨਕ ਨੇ ਬੜੀ ਹੈਰਾਨੀਜਨਕ ਫੇਰ ਬਦਲ ਕੀਤੀ ਕੈਬਨਟ ਵਿੱਚ ਜੀ ਉਹਦੇ ਵਿੱਚ ਇਹ ਵੇਖਣ ਨੂੰ ਆਇਆ ਔਰ ਨਿਊਜ਼ ਵੀ ਆ ਗਈ ਕਿ ਇੱਕ ਤਾਂ ਉਹਨਾਂ ਨੇ ਜਿਹੜੇ ਆਪ ਦੇਸ਼ ਮੰਤਰੀ ਨਵੇਂ ਰੱਖ ਲਿਆ ਦੇਸ਼ ਮੰਤਰੀ ਆ ਗਿਆ ਕਾਮਰੂਨ ਡੇਵਿਡ ਕਾਮਰੂਨ ਜਿਹੜੇ ਪਹਿਲੋਂ ਪ੍ਰਧਾਨ ਮੰਤਰੀ ਰਹੇ ਆ ਇੰਗਲੈਂਡ ਦੇ ਔਰ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਔਰ ਉਹਨਾਂ ਨੂੰ ਬਣਾਇਆ ਮੰਤਰੀ ਔਰ ਉਹਨਾਂ ਨੂੰ ਮਿਲਣ ਲਈ ਜੈ ਸ਼ੰਕਰ ਜੀ ਗਏ ਆਪਣੇ ਹਮ ਰਤਬਾ ਜਿਹੜੇ ਇਹ ਵੀ ਆਪਣੇ ਉਦੇਸ਼ ਮੰਤਰੀ ਆ ਉੱਥੇ ਕਾਮਰੂਨ ਜੀ ਨੇ ਉਹਨਾਂ ਨੂੰ ਮਿਲਣ ਗਏ ਇਮੀਡੀਏਟਲੀ ਔਰ ਜਿਹੜੇ ਉੱਥੋਂ ਦੇ ਹੋਮ ਮਿਨਿਸਟਰ ਸੀਗੇ ਉਹ ਇੰਡੀਅਨ ਮੂਲ ਦੇ ਸੀਗੇ ਔਰ ਸਿਓਲ ਜੀ ਉਹਨਾਂ ਨੂੰ ਬਦਲਤਾ ਮੈਡਮ ਸੀਗੇ ਉਹਨਾਂ ਨੂੰ ਬਦਲਤਾ ਔਰ ਉਹਨਾਂ ਤੇ ਦੂਸ਼ਣ ਸੀਗਾ ਕਿ ਉਹਨਾਂ ਨੇ ਪ੍ਰਵਾਸੀਆਂ ਦੇ ਐਂਟਰੀ ਤੇ ਬੈਨ ਲਾਇਆ ਸੀ ਉਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਬਹੁਤੇ ਜਿਹੜੇ ਮਾਈਗ੍ਰੇਸ਼ਨ ਕਰਕੇ ਲੈ ਕੇ ਆਉਂਦੇ ਆ ਔਰ ਜਿਹੜੇ ਪੀਆਰ ਲੈਣਾ ਚਾਹੁੰਦੇ ਆ ਉਹ ਜ਼ਿਆਦਾ ਇੰਗਲੈਂਡ ਚ ਨੇ ਵੀ ਵੜਨ ਦਿੱਤੇ ਜਾਣਗੇ ਖਾਸ ਕਰਕੇ ਇੰਡੀਆ ਨੂੰ ਇੰਡੀਆ ਦੇ ਵੀ ਵਿਰੁੱਧ ਬੋਲੇ ਔਰ ਬਾਕੀ ਏਸ਼ੀਅਨ ਕੰਟਰੀ ਲਈ ਵੀ ਔਰ ਇਹਦਾ ਕਰਕੇ ਵੀ ਉਹਨਾਂ ਨੇ ਉਹਨਾਂ ਨੂੰ ਉਥੋਂ ਬਰਖਾਸਤ ਕਰਤਾ ਔਰ ਉਹਨਾਂ ਦੀ ਜਗ੍ਹਾ ਜਿਹੜੇ ਹੋਰ ਜਿਹੜੇ ਗ੍ਰਹਿ ਮੰਤਰੀ ਲਾ ਲਿਆ ਨਵੇਂ ਅਪੁਆਇੰਟਮੈਂਟ ਹੋ ਗਈ ਆ ਇਹ ਇਸ ਵੇਲੇ ਪੂਰੇ ਵਰਲਡ ਵਿੱਚ ਨਿਊਜ਼ ਜੜੀ ਆ ਛਾਇਆ ਹੋ ਗਈ ਕਿ ਇਮੀਡੀਏਟਲੀ ਦੋ ਜੜੀਆਂ ਸੀਟਾਂ ਨੇ ਜਿਹੜੇ ਦੋ ਮੰਤਰੀ ਨੇ ਕੈਬਨਟ ਮੰਤਰੀ ਹੋਮ ਮਿਨਿਸਟਰ ਔਰ ਡਿਫੈਂਸ ਜਿਹੜਾ ਹੈਗਾ ਫੋਰਨ ਮਿਨਿਸਟਰ ਇਹ ਬਦਲਤੇ ਉਹਨਾਂ ਨੇ ਔਰ ਜਿਹੜੇ ਕਾਮਰੂਨ ਜੇ ਉਹਨਾਂ ਨਾਲ ਤੇ ਉਹਨਾਂ ਦੀ ਪਹਿਲਾਂ ਵੀ ਗੱਲ ਚੰਗੀ ਚੱਲਦੀ ਸੀ ਉਹਨਾਂ ਨਾਲ ਉਹਨਾਂ ਨੇ ਪਹਿਲਾਂ ਕਹਿਤਾ ਸੀਗਾ ਅਖਬਾਰ 'ਚ ਕਿ ਇੱਕ ਰਦੋਬਦਲ ਹੋਏਗੀ ਜਿਹਦੇ ਵਿੱਚ ਹੋ ਸਕਦਾ ਮੈਂ ਚਲੇ ਜਾ ਉੱਥੇ ਔਰ ਹੋ ਸਕਦਾ ਦੋ ਮੰਤਰੀ ਉੱਥੋਂ ਦੇ ਜਿਹੜੇ ਉਹਨਾਂ ਨੂੰ ਕੱਢਿਆ ਜਾਵੇ ਔਰ ਇਸੇ ਤਰ੍ਹਾਂ ਹੋਇਆ ਔਰ ਬਕਾਇਦਾ ਤੌਰ ਤੇ ਸੂਨਕ ਜੀ ਨੇ ਇਹ ਡਿਸੀਜਨ ਲੈ ਕੇ ਔਰ ਐਲਾਨ ਕਰ ਦਿੱਤਾ ਔਰ ਇਸ ਐਲਾਨ ਨੂੰ ਪੂਰੇ ਅੰਤਰਰਾਸ਼ਟਰੀ ਤੌਰ ਤੇ মিডিਆ ਨੇ ਬਹੁਤ ਪਿਕਅਪ ਕੀਤਾ ਔਰ ਬਹੁਤ ਵੱਡੀ ਨਿਊਜ਼ ਬਣਾਈ ਹੈ ਕਿਉਂਕਿ ਇੰਗਲੈਂਡ ਦੀ ਕੋਈ ਵੀ ਨਿਊਜ਼ ਹੋਵੇ ਲੰਡਨ ਚ ਕੁਝ ਵੀ ਵਾਪਰ ਜੇ ਔਰ ਜਿਹੜੇ ਵੀ ਉਹਨਾਂ ਦਾ ਲਾਰਡ ਆਫ ਚੈਂਬਰ ਆ ਉਹਦੇ ਵਿੱਚ ਕੁਝ ਵਾਪਰ ਜੇ ਤੇ ਸਾਰੇ ਲੋਕਾਂ ਦਾ ਧਿਆਨ ਹੁੰਦਾ ਕਿ ਕੀ ਹੋਇਆ ਕਿਉਂਕਿ ਸੁਰਖੀਆਂ ਚ ਰਣਾ ਵਿੱਚ ਆਉਂਦੇ ਔਰ ਰੈਵਦੇ ਆ ਪਰ ਜਦੋਂ ਸੋਨਕ ਜੀ ਹੁਣ ਆਏ ਬੜੀ ਦੇਰ ਬਾਅਦ ਜਦੋਂ ਆਏ ਆ ਇਹ ਡਿਸੀਜਨ ਉਹਨਾਂ ਨੇ ਹੋਣ ਲਿਆ ਪਹਿਲਾਂ ਤਾਂ ਉਹਨਾਂ ਨੇ ਬਹੁਤਾ ਫੇਰ ਬਦਲ ਨਹੀਂ ਕੀਤਾ ਜਿਹੜੇ ਉੱਤੇ ਵਿਕਾਸ ਮਈ ਕੰਮ ਸੀ ਉਹ ਕੀਤੇ ਕਿਉਂਕਿ ਉਹਨਾਂ ਨੇ ਆਪਣੇ ਮੈਨੀਫੈਸਟੋਸ 'ਚ ਆਖਿਆ ਸੀ ਕਿ ਮੈਂ ਆ ਕਰੂੰਗਾ ਉਹ ਤਾਂ ਲਾਇਕ ਕਾਰਨ ਉਹਨਾਂ ਨੇ ਪਰ ਆ ਜਿਹੜਾ ਡਿਸੀਜਨ ਆ ਇਹ ਜ਼ਬਰਦਸਤ ਡਿਸੀਜਨ ਸੀਗਾ ਕਿਉਂਕਿ ਭਾਰਤੀ ਮੂਲ ਦੀ ਜਿਹੜੀ ਕੈਬਨਟ ਮਨਿਸਟਰ ਸੀ ਉਹਨੂੰ ਬਰਖਾਸਤ ਕਰਕੇ ਦੂਜੇ ਮੰਤਰੀ ਲੈ ਲਿਆ ਕਿਉਂਕਿ ਇਹ ਖੁਦ ਜਿਹੜੇ ਪ੍ਰਧਾਨ ਮੰਤਰੀ ਇਹਨਾਂ ਨੂੰ ਪਤਾ ਹੁੰਦਾ ਕਿ ਇਸ ਵੇਲੇ ਕੀ ਆਵਾਜ਼ ਚੱਲ ਰਹੀ ਕੀ ਹਵਾ ਚੱਲ ਰਹੀ ਹੈ ਕੌਣ ਮੇਰੇ ਅਗੇਂਸਟ ਆ ਕੌਣ ਕੈਬਨਟ ਦੇ ਅਗੇਂਸਟ ਆ ਕੌਣ ਦੇਸ਼ ਦੇ ਅਗੇਂਸਟ ਆ ਉਹ ਚੱਕ ਕੇ ਪਾਸੇ ਹੋ ਗਿਆ ਕੰਮ ਇਹ ਗੱਲ ਜਿਹੜੀ ਸੀ ਬਹੁਤ ਲੋਕਾਂ ਦੀ ਨਜ਼ਰ ਇਹਦੇ ਤੇ ਗਈ ਇਸ ਦਾ ਐਕਚੁਅਲੀ ਪਤਾ ਕੀ ਆ ਕਿ ਜਦੋਂ ਵੀ ਇਹ ਡਰ ਹੁੰਦਾ ਕਿ ਪਾਵਰ ਮੇਰੇ ਹੱਥੋਂ ਨਾ ਨਿਕਲ ਜਾਵੇ ਹ ਤਾਂ ਜਿਹੜੇ ਪਾਵਰ ਹਾਸਲ ਕਰਦੇ ਨੇ ਉਹਨਾਂ ਨੇ ਉਸ ਨੂੰ ਮੇਨਟੇਨ ਕਰਨਾ ਹੈ ਪਾਵਰ ਹੱਥੋਂ ਜਾਣ ਨਹੀਂ ਦੇਣੀ ਜਾਣ ਨਹੀਂ ਦੇਣੀ ਇਸ ਕਰਕੇ ਉਹ ਸਾਰਾ ਕੁਝ ਕਰਨਗੇ ਜੋ ਕਰਨਾ ਜ਼ਰੂਰੀ ਹੈ ਔਰ ਪਿੱਛੇ ਪਾਰਟੀ ਬੈਠੀ ਹੈ ਪਾਰਟੀ ਦੇ ਪੂਰੇ ਕਾਰਕੁਨ ਬੈਠੇ ਨੇ ਜੋ ਸੋਚਦੇ ਨੇ ਪਿੱਛੇ ਪੂਰਾ ਲੌਬੀ ਹੈ ਜਿੱਦਾਂ ਦਾ ਦਿਮਾਗ ਕੰਮ ਕਰਦਾ ਕਿ ਕਿੱਥੇ ਕਿਹਨੂੰ ਐਡਜਸਟ ਕਰਨਾ ਹੈ ਕਿ ਇਹਨੂੰ ਕਿੱਥੇ ਰੱਖਣਾ ਹੈ ਤਾਂ ਕਿ ਸਾਰੀ ਗੇਮ ਚੱਲੇ ਕਿਉਂਕਿ बार-बार ਇਹ ਚੀਜ਼ਾਂ ਹੋਣੀਆਂ ਤੁਹਾਡੀ ਸਾਖ ਵੀ ਗੁੰਮ ਹੋ ਜਾਂਦੀ ਹੈ ਪਬਲਿਕ ਦੇ ਵਿੱਚ ਪ੍ਰਸਪੈਕਟਿਵ ਬਦਲ ਜਾਂਦਾ ਸਹੀ ਗੱਲ ਕਿਉਂਕਿ ਜੋ ਤੁਹਾਡੀ ਇਮੇਜ ਹੈ ਲੋਕਤੰਤਰ ਦੇ ਵਿੱਚ ਉਸੇ ਨੇ ਕਾਊਂਟ ਕਰਨਾ ਹੈ ਜੇ ਇਮੇਜ ਸਹੀ ਹੈ ਤਾਂ ਲੋਕਾਂ ਨੇ ਤੁਹਾਨੂੰ VOTING ਕਰਨੀ ਆਦਰਵਾਇਜ਼ ਤੁਹਾਨੂੰ ਨਹੀਂ ਕਰਨੀ ਇਹ ਸਾਰੇ ਜਾਣਦੇ ਨੇ ਇਸ ਕਰਕੇ ਆਪਣੀ ਸਾਖ ਨੂੰ ਵੀ ਬਚਾਣਾ ਆਪਣੀ ਇਮੇਜ ਨੂੰ ਵੀ ਬਚਾਣਾ ਤੇ ਨਾਲ ਪਾਰਟੀ ਨੂੰ ਵੀ ਬਚਾਣਾ ਨਾਲ ਆਪਣੇ ਜੋ ਸੱਤਾ ਹੈ ਉਹਨੂੰ ਵੀ ਬਚਾਣਾ ਇਹ ਸਭ ਕੁਝ ਮਿਕਸ ਚੱਲਦਾ ਹੈ ਪਾਰਟੀ ਨੂੰ ਬਚਾਉਣ ਲਈ ਨਾ ਜੇ ਆਪਾਂ ਗੱਲ ਕਰੀਏ ਪਾਰਟੀ ਨੂੰ ਬਚਾਉਣ ਲਈ ਵੀ ਆਪ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਪੰਜਾਬ ਦੀ ਇਹਨਾਂ ਨੇ ਬੜਾ ਕੁਝ ਕੀਤਾ ਭਗਵੰਤ ਮਾਨ ਜੀ ਨੇ ਜਿਹੜੇ ਮੰਤਰੀ ਦਾ ਪਤਾ ਲੱਗਾ ਕਿ ਰਿਵਿਸ਼ਤਵਾਦ ਲੈ ਰਿਹਾ ਇੱਕ ਕਰਪਟਾ ਮਨਿਸਟਰ ਉਹਦੇ ਤੇ ਇਹਨੇ ਵੀਡੀਓ ਹੀ ਬਣਾ ਲਈ ਪਹਿਲਾਂ ਸਿਗਲਾ ਜੀ ਦੇ ਵੀਡੀਓ ਬਣਾਏ ਖੁਦ ਨੇ ਇੰਟਰਵਿਊ ਕੀਤਾ ਉਹਨੂੰ ਗੱਲਬਾਤ ਕੀਤੀ ਉਹਦੀ ਲਾਈਵ ਦੇ ਵੀ ਦਿੱਤੀ ਸੋਸ਼ਲ ਮੀਡੀਆ ਤੇ ਵੀ ਪਲੱਸ ਜਿਹੜੇ ਹੋਰ ਮੰਤਰੀ ਸੀ ਦੋ ਤਿੰਨ ਉਹਨਾਂ ਤੇ ਵੀ ਇਹਨਾਂ ਨੇ ਕਿਹਾ ਉਹਨਾਂ ਨੂੰ ਬਰਖਾਸ ਕਰਕੇ ਬਾਹਰ ਕੱਢਦਾ ਉਹਨੂੰ ਪਤਾ ਤਾਂ ਦਾ ਵੀ ਇੱਕ ਬੰਦਾ ਜਿਹੜਾ ਹੈਗਾ ਸਾਰੇ ਦੇ ਸਾਰੇ ਜਿਹੜੇ ਸਾਡੀ ਪਾਰਟੀ ਨੂੰ ਏਡਾ ਵੱਡਾ ਇਲਜ਼ਾਮ ਲਾ ਦੂਗਾ ਕਿ ਲੋਕਾਂ ਨੇ ਮੈਨੂੰ ਇਸ ਤਰ੍ਹਾਂ ਤਰੀਕੇ ਨਾਲ ਚੁਣਿਆ ਆਨੈਸਟ ਜਿਹੇ ਤਰੀਕੇ ਨਾਲ ਇਮਾਨਦਾਰ ਦੇ ਤੌਰ ਤੇ ਤੇ ਜੇ ਮੇਰੇ ਵਿੱਚ ਹੀ ਇਹ ਫਿਰ ਖਾਮੀਆਂ ਰਹਿ ਗਈਆਂ ਉਹਨੇ ਡਿਸੀਜਨ ਇੱਕ ਨਾ ਮਿਲੇ ਫਿਰ ਵਿਜੀਲੈਂਸ ਵੀ ਮਗਰ ਲਾਤੀ ਕਾਂਗਰਸ ਵਾਲਿਆਂ ਦੇ ਮਗਰ ਵੀ ਲਾਈ ਆ ਅਕਾਲੀਆ ਦੇ ਮਗਰ ਵੀ ਲਾਈ ਆ ਔਰ ਮੈਕਸਿਮਮ ਕੇਸ ਜਿਹੜੇ ਆ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਤੇ ਹੋਏ ਆ ਮਨਪ੍ਰੀਤ ਬਾਦਲ ਜੀ ਤੇ ਵੀ ਹੋਏ ਆ ਔਰ ਮਨਪ੍ਰੀਤ ਬਾਦਲ ਜੀ ਤਾਂ ਉਹਨਾਂ ਨੇ ਵੀ ਐਲਾਨ ਕਰਤਾ ਕਿ ਜਨਾ ਮਰਜੀ ਜ਼ੋਰ ਲਾ ਲੋ ਜੋ ਮਰਜੀ ਲਾ ਲਾ ਮੇਰੀ ਸਖਸ਼ੀਅਤ ਨੂੰ ਕੋਈ ਆਂਝ ਨਹੀਂ ਆਊਗਾ ਮੈਂ ਤੇ ਕੋਈ ਇਟਾ ਕਰਪਸ਼ਨ ਦਾ ਕੇਸ ਨਹੀਂਗਾ ਤਾਂ ਕਿ ਉਹਨਾਂ ਨੂੰ ਜਮਾਨਤ ਵੀ ਮਿਲ ਗਈ ਵੈਸੇ ਉਹਦੇ ਤੇ ਵੀ ਹੋ ਗਿਆ ਪੈਨੂੰ ਦੋੜੇ ਭੱਜੇ ਰਹੇ ਔਰ ਅਰੈਸਟ ਨਹੀਂ ਹੋਏ ਗ੍ਰਿਫਤਾਰੀ ਨਹੀਂ ਦਿੱਤੀ ਪੰਜਾਬ ਵਿੱਚ ਵੀ ਇਦਾਂ ਚੱਲ ਰਿਹਾ ਜੋ ਬਾਹਰਲੇ ਸੂਬਿਆਂ 'ਚ ਵੀ ਇਹੀ ਚੱਲ ਰਿਹਾ ਉਹੀ ਕੇਸ ਜ इंग्लैंड ਜਿਹੀ ਉਹੀ ਕੰਮ ਹੋ ਗਿਆ ਉਹਨਾਂ ਨੂੰ ਵੀ ਕੱਢ ਦਿੱਤੇ ਜਿਹੜਾ ਇੱਕ ਵਾਰੀ ਥੋੜੇ ਜਿ ਧੌਣ ਚੁੱਕਦਾ ਜਾਂ ਜਿਹੜਾ ਪਾਰਟੀ ਦੇ ਅਗੇਂਸਟ ਬੋਲਦਾ ਉਹਨੂੰ ਸਿਵਲੇ ਪਰਖਾਸਤੀ ਦਾ ਨੋਟਿਸ ਆ ਜਾਂਦਾ ਵੀ ਚੱਲ ਪਾਈ ਹੁਣ ਆਪਣਾ ਜਿਹੜਾ ਬਿਸਤਰਾ ਗੋਲ ਕਰਕੇ ਘਰੋਂ ਚੱਲਦਾ ਇਹ ਗੱਲ ਬਿਸਤਰਾ ਗੋਲ ਕਰਕੇ ਹਾਂ ਬੋਰੀ ਵਿੱਚ ਬਿਸਤਰਾ ਗੋਲੋਗਾ ਆ ਚਲੋ ਅੱਗੇ ਵਧਿਏ ਸਥਾਪਨਾ ਦਿਵਸ ਮਨਾ ਰਹੀ ਹੈ ਸ਼੍ਰੋਮਣੀ ਕਮੇਟੀ ਜੀ 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 ਔਰ ਪੂਰੀ ਦੁਨੀਆ ਦੇ ਵਿੱਚ ਬਣਾਇਆ ਜਾ ਰਿਹਾ ਹੈ ਅੰਮ੍ਰਿਤਸਰ ਵਿੱਚ ਵੀ ਬਣਾਇਆ ਜਾ ਰਿਹਾ ਹੈ ਜੀ ਔਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇ ਇੱਕ ਦੂਸਰੇ ਦੇ ਕੰਪਲੀਮੈਂਟਰੀ ਨੇ ਹੈ ਨਾ ਇੱਕ ਦੂਸਰੇ ਨੂੰ ਸਪੋਰਟ ਕਰਦੇ ਨੇ ਸੋ ਹੁਣੇ ਕਾਫੀ ਗਹਿਮਾ ਗਹਿਮੀ ਹੈ ਪੂਰੇ ਵਿਸ਼ਵ ਦੇ ਵਿੱਚ ਬਣਾਇਆ ਜਾ ਰਿਹਾ ਹੈ ਹਾਂ ਇਹਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹਾਂਜੀ ਸ਼੍ਰੋਮ ਨੀ ਕਮੇਟੀ ਅਮਰਸਰ ਨੂੰ ਔਰ ਇਹਦੇ ਪ੍ਰਧਾਨ ਅਰਜੰਦਰ ਸਿੰਘ ਧਾਮੀ ਜੀ ਤੀਜੀ ਵਾਰ ਬਣਿਆ ਔਰ ਉਹਨਾਂ ਵੱਲੋਂ ਬਿਆਨ ਵੀ ਆਇਆ ਔਰ ਅੱਜ ਦਾ ਦਿਨ ਜਿਹੜਾ ਹੈਗਾ ਬੜਾ ਸ਼ੁਭ ਮਹੂਰਤ ਦਾ ਦਿਨ ਹੈ ਕਿ ਉੱਥੇ ਇਹਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਬਹੁਤ ਪੁਰਾਣੀ ਸੰਸਥਾ ਹੈ ਧਾਰਮਿਕ ਸੰਸਥਾ ਇਹ 15 ਨਵੰਬਰ 1920 ਨੂੰ ਇਹਦੀ ਸਥਾਪਨਾ ਹੋਈ ਸੀ ਔਰ ਇਹਨਾਂ ਨੇ ਜੋ ਕੰਮ ਕੀਤੇ ਆ ਉਹ ਜ਼ੋਰਦਸਤ ਕੰਮ ਹੈਗੇ ਆ ਧਾਰਮਿਕ ਸਥਾਨਾਂ ਦੇ ਲਈ ਔਰ ਉਹਦੇ ਲਈ ਐਜੂਕੇਸ਼ਨਲ ਇੰਸਟੀਚਿਊਸ਼ਨ ਜਿਹੜੀਆਂ ਬਣਾਈਆਂ ਉਹਨਾਂ ਲਈ ਫਿਰ ਜਿੰਨੇ ਮੈਡੀਕਲ ਡਾਕਟਰ ਹਸਪੀਟਲ ਆ ਉਹਨਾਂ ਦੀ ਸਟੈਬਲਿਸ਼ਮੈਂਟ ਔਰ ਉਹਦੇ ਵਿੱਚ ਪ੍ਰਚਾਰ ਦਾ ਕੰਮ ਤੇ ਚਰਦਾ ਕੰਮ ਸਹਾਇਤਾ ਕੰਮ ਉਹਦੇ ਵਿੱਚ ਜਿਹੜੇ ਵੀ ਬੱਚਿਆਂ ਦੇ ਜਿਹੜੀ ਨੀਡੀ ਨੇ ਉਹਨਾਂ ਲਈ ਕੰਮ ਔਰ ਇਹਨਾਂ ਨੇ ਬਹੁਤ ਵੱਧ ਚੜ ਕੇ ਕੰਮ ਕੀਤਾ ਔਰ ਤੀਜੀ ਗੱਲ ਜਿਹੜੀ ਹੈਗੀ ਉਹ ਹੈਗਾ ਕਿ ਜਦੋਂ ਮਹੰਤਾਂ ਨੇ ਗੁਰਦਰਾ ਸਾਹਿਬ ਨੂੰ ਆਪਣੇ ਰੱਖਿਆ ਸੀਗਾ ਕਬਜ਼ੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਆਪ ਉਹਦੀ ਪੂਜਾ ਕਰਦੇ ਸੀ ਜਾਂ ਉੱਥੇ ਆਪ ਸਾਰਾ ਸੰਭਾਲਦੇ ਸੀਗੇ ਉਹਨਾਂ ਨੂੰ ਵੀ ਜਿਹੜੀ ਸ਼ਰੋਣੀ ਕਮੇਟੀ ਹੈ ਇਹਨਾਂ ਨੇ ਆਪਣੇ ਇਹਨਾਂ ਦੇ ਬਲਬੂਤੇ ਨਾਲ ਹੀ ਉਹਨਾਂ ਦਾ ਸਪਾਇਆ ਕੀਤਾ ਉਹਨਾਂ ਨੂੰ ਉਤੋਂ ਬਾਹਰ ਕੱਢਿਆ ਗਿਆ ਤਾਂ ਕਿ ਇਹਨਾਂ ਨੇ ਇਹ ਖਾਸ ਤੌਰ ਤੇ ਪਾਕਿਸਤਾਨ ਵਿੱਚ ਵੀ ਰਿਹਾ ਔਰ ਇੰਡੀਆ ਵਿੱਚ ਵੀ ਰਿਹਾ ਤੇ ਬਾਹਰਲੇ ਸੂਬਿਆਂ ਵਿੱਚ ਵੀ ਰਿਹਾ ਔਰ ਇਹ ਸੰਸਥਾ ਨੇ ਜਿੰਨਾ ਵੀ ਕੰਮ ਕੀਤਾ ਉਹ ਬੜਾ ਜ਼ਬਰਦਸਤ ਔਰ ਬੜਾ ਵੈਲਫੇਅਰ ਦਾ ਔਰ ਸਾਰਿਆਂ ਦੇ ਭਲੇ ਦਾ ਕੰਮ ਕੀਤਾ ਔਰ ਇਹਨਾਂ ਕੋ ਬੜੇ ਕਰਮਚਾਰੀ ਆ ਔਰ ਬਹੁਤ ਵੱਡੀ ਟਰਾਂਸਪੋਰਟ ਆ ਜੇ ਇਹਨੂੰ ਮੰਨਿਆ ਜਾਵੇ ਤੇ ਇੰਡੀਆ ਦੀ ਪਾਰਲੀਮੈਂਟ ਤੋਂ ਬਾਅਦ ਇਹਨਾਂ ਦਾ ਬਜਟ ਆਉਂਦਾ ਕਿਸੇ ਵੀ ਸੂਬੇ ਦਾ ਕਿਤੇ ਵੀ ਨਹੀਂ ਹੈਗਾ ਬਹੁਤ ਵੱਡਾ ਬਜਟ ਇਹਨਾਂ ਕੋਲ ਬਹੁਤ ਜ਼ਿਆਦਾ ਗੱਡੀਆਂ ਵਾ ਔਰ ਬਹੁਤ ਲੋਕ ਇਹਨਨ ਕੋਆਪਰੇਟ ਕਰਦੇ 12 ਵਾਂ ਆ ਗਿਆ ਦੇਖੋ ਗੱਲ ਇਹ ਹੈ ਜੀ ਕਿ ਹਮੇਸ਼ਾ ਤੋਂ ਹੀ ਗੁਰੂ ਸਾਹਿਬ ਦਾ ਸੰਦੇਸ਼ ਇਹ ਹੀ ਰਿਹਾ ਕਿ ਪਖੰਡਵਾਦ ਨੂੰ ਦੂਰ ਕਰੋ ਜਰੂਰ ਪਖੰਡਵਾਦ ਨੂੰ ਕਦੀ ਵੀ ਉਹਨਾਂ ਨੇ ਅੱਗੇ ਨਹੀਂ ਆਣ ਦਿੱਤਾ ਹਮੇਸ਼ਾ ਦੂਰ ਕਰਨ ਲਈ ਕਿਉਂਕਿ ਪਖੰਡਵਾਦ ਇਨਸਾਨ ਨੂੰ ਇਨਸਾਨੀਅਤ ਤੋਂ ਦੂਰ ਕਰਦਾ ਹੈ। ਔਰ ਅੱਜ ਵੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹੀ ਕੰਮ ਹੈ ਜੀ ਕਿ ਜੋ ਵੀ ਪਖੰਡਵਾਦ ਕਿਤੇ ਪੈਦਾ ਹੋ ਰਿਹਾ ਹੈ ਸਿੱਖ ਧਰਮ ਦੇ ਵਿੱਚ ਅਸੀਂ ਦੇਖਣ ਨੂੰ ਸੁਣਨ ਨੂੰ ਆਪਾਂ ਸਾਰੇ ਦੇਖਦੇ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਰਹਿੰਦੇ ਨੇ ਰਿਪੋਰਟਸ ਆਉਂਦੀਆਂ ਰਹਿੰਦੀਆਂ ਨੇ ਕਿ ਜਿੱਥੇ ਵੀ ਸਿੱਖ ਧਰਮ ਦੇ ਵਿੱਚ ਕਿਤੇ ਵੀ ਕੋਈ ਪਖੰਡਵਾਦ ਹੈ ਉਸ ਨੂੰ ਦੂਰ ਕਰਨ ਦਾ ਕੰਮ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਜੋ ਗੁਰੂ ਸਾਹਿਬ ਨੇ ਪੂਰਨੇ ਪਾਇਨੇ ਉਹਨਾਂ ਤੇ ਤੁਰਨਾ ਹੈ ਜੀ ਔਰ ਸੇਮ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪੰਥ ਦੇ ਪੂਰਨੇ ਨੇ ਉਹਨਾਂ ਤੇ ਤੁਰੇ ਤਾਂ ਕਿ ਕਾਮਯਾਬੀ ਹਾਸਿਲ ਹੋਵੇ ਔਰ ਜਿੱਦਾਂ ਦਾ ਪੰਜਾਬ ਸੋਨਾ ਬਣਾਉਣਾ ਚਾਹੁੰਦੇ ਆ ਅਸੀਂ ਬਣਾਉਣ ਦੇ ਵਿੱਚ ਕਾਮਯਾਬੀ ਹਾਸਿਲ ਕਰੀਏ ਔਰ ਸੁਖਬੀਰ ਬਾਦਲ ਜੀ ਨੇ ਵੀ ਗੱਲ ਕੀਤੀ ਹੈ ਕਿ ਪੰਜਾਬ ਦੀ ਸ਼ਾਨ ਸਾਡੇ ਨੌਜਵਾਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇ ਬਹੁਤ ਸੋਹਣਾ ਸੋਚ ਹੈ ਬਹੁਤ ਸੋਹਣੀ ਵਿਚਾਰ ਹੈ ਨੌਜਵਾਨਾਂ ਦੇ ਸਿਰ ਦੇ ਉੱਤੇ ਸਭ ਕੁਝ ਹੈ ਜੇ ਨੌਜਵਾਨਾਂ ਨੂੰ ਅਸੀਂ ਉਤਸ਼ਾਹਿਤ ਕਰਾਂਗੇ ਤਾਂ ਨੈਚੁਰਲੀ ਪੰਜਾਬ ਵਾਸਤੇ ਕੰਮ ਕਰਨਗੇ ਔਰ ਪੰਜਾਬ ਦੀ ਜਵਾਨੀ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਜਾਣ ਦਾ ਨਹੀਂ ਸੋਚੇਗੀ ਪੰਜਾਬ ਦੇ ਵਿੱਚ ਸੋਚੇਗੀ ਬਟ ਇਹ ਹੈ ਕਿ ਉਹਨਾਂ ਨੂੰ ਕਰਨ ਵਾਸਤੇ ਕੁਝ ਮਿਲੇ ਤਾਂ ਸਹੀ ਉਹਨਾਂ ਨੂੰ ਤਾਂ ਮਿਲਦਾ ਹੀ ਨਹੀਂ ਪਿਆ ਇਹ ਹੁਣੇ ਹੁਣ ਇਹਨਾਂ ਨੇ ਇੱਕ ਸਲੋਗਨ ਦਿੱਤਾ ਨਾ ਸਾਡੇ ਜਵਾਨ ਪੰਜਾਬ ਦੀ ਸ਼ਾਨ ਔਰ ਜਿਸ ਤਰ੍ਹਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਔਰ ਇਹਨਾਂ ਦੇ ਇਹ ਨਾਰਾ ਦੇਣ ਦਾ ਥੋੜਾ ਜਿਹਾ ਦੇ ਪਿੱਛੇ ਇੱਕ ਮਕਸਦ ਆ ਜਾਂ ਇਹਦੇ ਵਿੱਚ ਮੰਤਵ ਆ ਜਾਂ ਕੁਝ ਪਰਪਸ ਆ ਹੋਏ ਹੈ ਕਿ ਇਹਨਾਂ ਦੀ ਹਾਰ ਜਿਹੜੀ ਹੋਈ ਆ ਉਹ ਬੜੀ ਵੱਡੀ ਹਾਰ ਹੋਈ ਆ ਪਾਰਟੀ ਬਹੁਤ ਵੱਡੀ ਪਾਰਟੀ ਆ ਅਕਾਲੀ ਦਲ ਔਰ ਇਹਦੇ ਵਿੱਚ ਇਹਨਾਂ ਦੀ ਪਾਰਟੀ ਹਰਨ ਨਾਲ ਇਹਨਾਂ ਨੇ ਕਿਹਾ ਕਿ ਇਹ ਜੇ ਨੌਜਵਾਨੀ ਪੂਰੇ ਦੇਸ਼ ਦਾ ਚੀਰਾ ਮੂਰਾ ਡਾਲਦੇ ਆ ਬਣਾਉਂਦੇ ਆ ਔਰ ਜੇ ਨੌਜਵਾਨਾਂ ਤੋਂ ਅਸੀਂ ਦੂਰ ਚਲੇ ਗਏ ਜਾਂ ਬੇਰਜ਼ਗਾਰੀ ਨੌਜਵਾਨਾਂ ਚ ਆ ਗਈ ਔਰ ਜਿਹੜਾ ਉਹਨਾਂ ਚ ਨਸ਼ੇ ਦਾ ਵੱਡਾ ਰੁਝਾਨ ਰਿਹਾ ਜੇ ਉਹਨੂੰ ਅਸੀਂ ਕੰਟਰੋਲ ਨਹੀਂ ਕਰ ਸਕੇ ਔਰ ਨਾ ਇਹ ਸਰਕਾਰ ਕਰ ਸਕੀ ਹੈ ਤਿੰਨ ਸਰਕਾਰਾਂ ਆਈਆਂ ਕਿਸੇ ਕੋਈ ਕਾਬੂ ਨਹੀਂ ਆਇਆ ਔਰ ਉਹਨਾਂ ਨੇ ਇਹ ਕਹਤਾ ਵੀ ਕਿ ਜਿਹਦੇ ਵਿੱਚ ਐਮਐਲਏ ਕੋਈ ਫੜਿਆ ਜਾਵੇ ਕੋਈ ਨੇਤਾ ਫੜਿਆ ਜਾਵੇ ਜਨਨਾਸ਼ਾ ਵੇਚ ਦੇ ਜਾਂ ਤਸਕਰੀ ਕਰ ਦੇ ਉਹਨਾਂ ਤੇ ਜਿਹੜੀ ਪੁਲਿਸ ਨੂੰ ਥੋੜਾ ਬਹੁਤ ਆਪਣੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਸਿਕੰਜੇ ਚ ਲੈਣਾ ਚਾਹੀਦਾ ਕਿਉਂਕਿ ਇਹਨਾਂ ਦੇ ਹੁਣ ਆਖੋ ਉਸੇ ਨੌਜਵਾਨੀ ਦੇ ਕਿ ਨੌਜਵਾਨ ਨੂੰ ਜੇ ਸੁਧਰ ਗਿਆ ਜੇ ਨੌਜਵਾਨ ਸਾਡੇ ਫੇਵਰ ਚ ਆ ਗਿਆ ਜੇ ਨੌਜਵਾਨਾਂ ਨੂੰ ਲਾ ਕੇ ਨਾਰੇ ਸਾਡੇ ਅਕਾਲੀ ਦਲ ਵਾਲਾ ਆ ਗਏ ਔਰ ਯੂਥ ਅਕਾਲੀ ਦਲ ਵੀ ਇਹਨਾਂ ਦੇਖੇਗਾ ਉਹਦੇ ਨੇਤਾ ਵੀ ਨਵਾਂ ਬਣਾਉਂਦੇ ਆ ਔਰ ਪਾਣਾ ਕੇ ਗੱਲ ਜਿੱਥੇ ਆ ਕੇ ਡਿੱਗਦੀ ਉਹ ਫਿਰ ਆ ਕੇ ਉੱਤੇ ਟੁੱਕਦੀ ਆ ਕਿ ਇਲੈਕਸ਼ਨ ਵੀ ਆ ਗਈ ਹੈ ਹੁਣ ਨੌਜਵਾਨਾਂ ਦੀ ਬਾਹ ਫੜੀ ਆ ਸਾਡੇ ਚਿੰਤਕ ਕਹਿ ਰਹੇ ਪਹਿਲੋਂ ਭੁੱਲ ਗਏ ਸੀ ਨੌਜਵਾਨ ਉਹਨਾਂ ਨੇ ਬੁਨਿਆਦ ਤਾਂ ਜੇ ਦੇਸ਼ ਦੀ ਨੌਜਵਾਨ ਹੈਗੀ ਆ ਔਰ ਬਹੁਤ ਲੋਕਾਂ ਨੇ ਕਿਹਾ ਕਿ ਪ੍ਰਾਕ ਆਵਾਮਾਂ ਨੂੰ ਸੈਕੰਡ ਟਰਮ ਤੋਂ ਹੋਂਡ ਵਾਲੇ ਜਿਹੜੇ ਯੂਐਸਏ ਦੇ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਪਤਾ ਸੀ ਕਿ ਕੀ ਓਨੈਸਟ ਪਰਸਨੈਲਿਟੀ ਆ ਅਮਾਨਦਾਰ ਨੇਤਾ ਵਾ ਇਹਨੂੰ ਜੇ ਦੇਸ਼ ਦੀ ਦੁਬਾਰਾ ਲਾਵਾਂਗੇ ਤੇ ਦੇਸ਼ ਦਾ ਕਾਇਆ ਕਲਪ ਬਦਲ ਸਕਦੀ ਆ ਬਾਕੀ ਠੀਕ ਆ ਪਰ ਚਲੋ ਦੇਰ ਆਏ ਦਰਸਤ ਆਏ ਆ ਆਤ ਗਏ ਆਤਾ ਗਏ ਨਾ ਹਾਂ ਹਾਂ ਜਿਸ ਸ਼ਾਮ ਦਾ ਕੀ ਕਹਿੰਦੇ ਸ਼ੇਰ ਦਾ ਸੇਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਉਹ ਭੁੱਲਿਆ ਨਹੀਂ ਕਹਿੰਦੇ ਨਾਲ ਜਿਹੜੀ ਬਾਦਲ ਸਾਹਿਬ ਨੇ ਸੁਖਵੀਰ ਬਾਦਲ ਸਾਹਿਬ ਨੇ ਉਹ ਕਿਆ ਸੀ ਨਾ ਪੰਜਾਬ ਜੋੜੋ ਮੁਹਿਮ ਵੀ ਚਲਾਉਣੀ ਹੈ ਪੈਦਲ ਯਾਤਰਾ ਕਰਨੀ ਹੈ ਉਹ ਫਿਰ ਅਸੀਂ ਕਵਾਂਗੇ ਜ਼ਰੂਰ ਕਰੋ ਕਿ ਉਹ ਵਰਦਸ਼ਮੀ ਹੋ ਜਾਏਗੀ ਨਾ ਸਟੂਡੈਂਟਸ ਆ ਕੇ ਕਾਫੀ ਚੀਜ਼ੀ ਵਰਦਸ਼ਮੀ ਜ਼ਰੂਰੀ ਹੈ ਥੋੜੇ ਜਿਹਾ ਮੋਰ ਮੋਟੇ ਹੋ ਰਿਹਾ ਠੀਕ ਹੈ ਮੋਟੇ ਹੋਣ ਦਾ ਮਤਲਬ ਇਹ ਚੰਗੇ ਘਰੋਂ ਆ ਨਾ ਚੰਗੇ ਰਾਜਸਤਾਨੋਂ ਬਣਾਉਂਦੇ ਰਾਇਲ ਫੈਮਿਲੀ ਨਾ ਚਲੋ ਆਪਣੇ ਮਨਪ੍ਰੀਤ ਵੀ ਇਹਨਾਂ ਦੇ ਬ੍ਰਦਰ ਆ ਪਰ ਉਹ ਐਕਚੁਅਲੀ ਕੀ ਹੈ ਕਿ ਅਸੀਂ ਸਾਰੇ ਪੰਜਾਬੀ ਇੱਕੋ ਹੀ ਪਰਿਵਾਰ ਆ ਆਪਸ ਦੇ ਵਿੱਚ ਮਜ਼ਾਕ ਹੱਸਾ ਚੱਲਦਾ ਰਹਿਣਾ ਚਾਹੀਦਾ ਸੋ ਅੱਪਾ ਅੱਗੇ ਵਧਿਏ ਮਜ਼ਾਕ ਜਿਹੜਾ ਪੰਜਾਬੀ ਦੇ ਸੁਭਾਅ ਵਿੱਚ ਰਚਿਆ ਪਿਆ ਬਿਲਕੁਲ ਹਾਂ ਸਾਰੇ ਹੋਣਾ ਚਾਹੀਦਾ ਹੈ ਅਸਰੇ ਵੀ ਜ਼ੋਰ ਨਾਲ ਹੈਨਾ ਫਿਰ ਰੋਲਾ ਵੀ ਜ਼ੋਰ ਨਾਲ ਪਾਉਂਦੇ ਆ ਕੰਮ ਵੀ ਬੜੇ ਜੋਸ਼ ਨਾਲ ਕਰਦੇ ਆ ਲੋਕਾਂ ਦਾ ਪਤਾ ਵੀ ਜਿਹੜਾ ਭੱਜ ਨੱਟ ਕੇ ਕਰਦੇ ਜਦੋਂ ਮਿਲਦੇ ਵੀ ਨਹੀਂ ਨਾ ਕੁੱਟ ਕੇ ਜੱਫੀ ਅਗਲੇ ਦਾ ਤਰਾ ਹੀ ਕੱਢ ਦੇਣਾ ਹਾਂ ਪੂਰੀ ਜ਼ੋਰ ਨਾਲ ਜੱਫੀ ਪਾਉਣਗੇ ਕੜਾਕੇ ਕੱਢ ਦੇਣਗੇ ਹੱਡੀਆਂ ਦੇ ਚਲੋ ਆਪਾਂ ਅੱਗੇ ਵਧੀਏ ਹਾਂਜੀ ਅਗਲੀ ਗੱਲ ਇਹ ਹੈ ਜੀ ਕਿ ਪੰਜਾਬ ਦੀ ਹੀ ਗੱਲ ਕਰਾਂਗੇ ਐਸੈਂਬਲੀ ਦਾ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੈ ਉਹਨੂੰ ਹੁਣ ਹਰੀ ਝੰਡੀ ਮਿਲ ਗਈ ਹੈ ਤੇ ਨਵੇਂ ਬਿੱਲ ਪੇਸ਼ ਹੋਣਗੇ ਆਹੇ ਹੁਣੇ ਐਲਾਨ ਹੋ ਗਿਆ ਕਿ ਜਿਹੜਾ ਸਰਦਰੁੱਦਾ ਸਮਾਗਮ ਆ ਨਾ ਵਿਧਾਨ ਸਭਾ ਦਾ ਉਹਦੀ ਮੀਟਿੰਗ ਹੋਗੀ ਔਰ ਉਹਦੇ ਵਿੱਚ ਇਹਨਾਂ ਨੇ ਮਾਮਲੇ ਉਹ ਲੈ ਜਿਹੜੇ ਤਪਾਸ ਹੋਏ ਬਿਲਾ ਰਾਜਪਾਲ ਨੇ ਜਿਹੜੇ ਪਾਸ ਕੀਤੇ ਆ ਉਹ ਲੈ ਜਾਣਗੇ ਜਿਹੜੇ ਪੈਂਡਿੰਗ ਰੱਖੇ ਆ ਉਹ ਵੀ ਲੈਣਗੇ ਕਿਉਂਕਿ ਪੈਂਡਿੰਗ ਨੂੰ ਤਾਂ ਸੁਪਰੀਮ ਕੋਰਟ ਨੇ ਹਾਂ ਕਰ ਦਿੱਤੀ ਪਈ ਪੈਂਡਿੰਗ ਨਹੀਂ ਹੋਣੀ ਚਾਹੀਦੀ ਕੋਈ ਵੀ ਜਿਹੜੇ ਵੀ ਬਿੱਲ ਆ ਰੋਕਣੇ ਨਹੀਂ ਚਾਹੀਦੇ ਔਰ ਗਵਰਨਰ ਸਾਹਿਬ ਨੂੰ ਇਹਨਾਂ ਨੇ ਬਹੁਤ ਵੱਡੀ ਤਰਜੀਹ ਦੇ ਕੇ ਕਿਹਾ ਸੀਗਾ ਔਰ ਹਦਾਇਤ ਕੀਤੀ ਸੀ ਕਿ ਤੁਸੀਂ ਜਿਹੜੇ ਆ ਨਾ ਰੋਕੋ ਇਹਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਔਰ ਹੁਣ ਮੇਰੇਖਾ ਗਵਰਨਰ ਸਾਹਿਬ ਵੀ ਨਰਮੀ ਦਿਖਾਉਣਗੇ ਇਹਨਾਂ ਨੂੰ ਇਸੇ ਕਰਕੇ ਇਮੀਡੀਏਟਲੀ ਇਹਨਾਂ ਨੇ ਆ ਦਾਨ ਸਾਹਿਬਾ ਦੀ ਜ ਸਮਾਗਮ ਸੱਦ ਰੁੱਦਾ ਜਿਹੜਾ ਉਹ ਅਨਾਉਂਸ ਕਰ ਦਿੱਤਾ ਔਰ ਨਵੇਂ ਬਿੱਲ ਵੀ ਆਉਣਗੇ ਇਹਦੇ ਵਿੱਚ ਔਰ ਬਾਕੀ ਜਿਹੜੇ ਇਹਨਾਂ ਨੇ ਕਿਹਾ ਕਿ ਐਜੂਕੇਸ਼ਨ ਦੇ ਨਾਲ ਰਿਲੇਟਡ ਬਿੱਲ ਆਉਣਗੇ ਔਰ ਖੇਤੀਬਾੜੀ ਨਾਲ ਆਉਣਗੇ ਐਮਐਸਪੀ ਜਿਹੜੀ ਹੈਗੀ ਹੈ ਪੈਂਡਿੰਗ ਥੋੜੀ ਬਹੁਤ ਰੱਖੀ ਉਹਦੇ ਲਈ ਆਉਣਗੇ ਕਿਸਾਨਾਂ ਦੀ ਗੱਲਬਾਤ ਵੀ ਸੁਣੀ ਜਾਊਗੀ ਜੋ ਵੀ ਪੰਜਾਬ ਦੇ ਵਿਕਾਸ ਲਈ ਕਾਰਜ ਕਰਨੇ ਨਿਰੰਭੜੇ ਨੇ ਉਹਨਾਂ ਬਾਰੇ ਗੱਲ ਹੋਊਗੀ اور ਇਸ ਕਰਕੇ ਇਹਨਾਂ ਨੇ ਸਾਰੇ ਮੰਤਰੀਆਂ ਦੀ ਇੱਕ ਪਹਿਲਾ ਮੀਟਿੰਗ ਰੱਖ ਲਈ ਸੀ ਭਗਵੰਤ ਮਾਨ ਜੀ ਨੇ ਪਹਿਲਾਂ ਨਾਲ ਨਾਲ ਕੋਈ ਗੱਲ ਕਰਕੇ ਔਰ ਤਰੀਕੇ ਨਾਲ ਉਹਨਾਂ ਨੂੰ ਸਾਰਾ ਸਿਸਟਮ ਸਮਝਾ ਦਿੱਤਾ ਕਿ ਆਹ ਤੇ ਆਪਾਂ ਗੱਲ ਕਰਨੀ ਹੈ ਔਰ ਕੁਝ ਮੁੱਦੇ ਰਹਿੰਦੇ ਨੇ ਜਿਹੜੇ ਉਹਨਾਂ ਨੂੰ ਪੈਂਡਿੰਗ ਉਹਨਾਂ ਨੂੰ ਫਿਰ ਅਸੀਂ ਦੁਬਾਰਾ ਨਵੇਂ ਸਿਰੋਂ ਡਿਸਕਸ ਕਰਾਂਗੇ ਔਰ ਉਹਨਾਂ ਦੇ ਵਿੱਚ ਫਿਰ ਚੰਗੀ ਰੂਫ ਉਕੀ ਜਾਏਗੀ ਕਿ ਉਸ ਨਵੇਂ ਸਿਰੋਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਕੰਮ ਰਹਿ ਗਏ ਉਹਨਾਂ ਦੇ ਕੀਤੇ ਜਾਣਗੇ ਔਰ ਦੂਜੀ ਪਾਸੇ ਉਹਨਾਂ ਨੇ ਕਹਿੰਦਾ ਪੰਜਾਬ ਦਾ ਇਲੈਕਸ਼ਨ ਨਾ ਵੀ ਆ ਰਹੀਆਂ ਉਹਦੇ ਤੇ ਵੀ ਗੌਰ ਫਰਮਾਇਆ ਜਾਊਗਾ ਕੋਕੈਨਾ ਪਹਿਲਾਂ ਤਾਂ ਭੰਗ ਕਰਤਾ ਇਹ ਬਰਖਾਸ ਕਰਦੀਆਂ ਪੰਚਾਇਤਾਂ ਔਰ ਉਹਦੇ ਵਿੱਚ ਜਦੋਂ ਆਈਐਸ ਅਫੀਸਰ ਸੀ ਇੱਕ ਡਿਵੈਲਪਮੈਂਟ ਅਫੀਸਰ ਸੀ ਕਿ ਜਿਹੜੇ ਆਈਐਸ ਅਫੀਸਰ ਦੋਵੇਂ ਇਹਨਾਂ ਨੂੰ ਫਿਰ ਸਸਪੈਂਡ ਕਰਤਾ ਇਹਨਾਂ ਨੇ ਕਿ ਕਹਿੰਦੇ ਇਹਨਾਂ ਨੇ ਕਿ ਸਾਨੂੰ ਜਿਹੜੀ ਸਲਾਹ ਆ ਜਾਂ ਜੋ ਤਜ਼ਵੀਜ਼ ਕੀਤੀ ਆ ਇਨਫੋਰਮੇਸ਼ਨ ਸਹੀ ਨਹੀਂ ਦਿੱਤੀ ਔਰ ਉਹ ਉਹਨਾਂ ਦਾ ਜਿਹੜਾ ਬਾਕੀ ਸੀ ਉਹਨਾਂ ਦੇ ਕਰਤਾ ਕਰਤਾ ਜਾਂ ਉਹਨਾਂ ਦੀ ਐਸੋਸੀਏਸ਼ਨ ਸੀ ਉਹ ਹਾਈ ਕੋਰਟ ਚ ਲੱਗੇ ਹਾਈ ਕੋਰਟ ਨੇ ਫਿਰ ਇਹਨਾਂ ਨੂੰ ਬੁਲਾ ਲਿਆ ਨੋਟਿਸ ਦਿੱਤਾ ਇਹਨਾਂ ਨੂੰ ਕਿ ਤੁਸੀਂ ਦੱਸੋ ਕਿ ਇਹ ਕਿਉਂ ਬਰਖਾਸ ਕਰ ਦਿੱਤੀ ਪੰਚਾਇਤਾਂ ਦੀ ਟਰਮ ਅਜੇ ਹੈਗੀ ਦਸੀ ਟਰਮ ਤੋਂ ਪਹਿਲਾਂ ਕਿਦਾਂ ਪੰਗ ਕਰ ਸਕਦੇ ਜੇ ਫਿਰ ਜਵਾਬ ਦੇਣਾ ਔਖਾ ਹੋ ਗਿਆ ਇਹਨਾਂ ਨੂੰ ਔਰ ਉਹਦੇ ਤੇ ਵੀ ਡਿਸਕਸ ਹੋਊਗਾ ਔਰ ਇਲੈਕਸ਼ਨਾਂ ਕੁਝ ਕੈਂਸਲ ਹੋ ਗਏ ਸੀਗਾ ਉਹਦੇ ਵਿੱਚ ਉਹਨਾਂ ਦੀ ਕਲਾ ਇਲੈਕਸ਼ਨ ਬਾਰੇ ਵੀ ਹੋਊਗਾ ਔਰ ਉਹਦੇ ਤੋਂ ਬਾਅਦ ਇਹਨਾਂ ਨੇ ਜਿਹੜੀ ਝੋਨੇ ਦੀ ਆਮਦ ਆ ਗਈ ਆ ਉਹ ਐਤਕੀ ਬੜੀ ਵਧੀਆ ਹੋ ਗਈ ਆ ਦੁਬਾਰਾ ਝਾੜੋ ਦਾ ਬਹੁਤ ਅੱਛਾ ਹੋ ਗਿਆ ਇਹ ਲੋਕਾਂ ਨੂੰ ਇੰਨਾ ਪਤਾ ਨਹੀਂ ਸੀਗਾ ਕਿ ਪਰ ਹੈਕਟੇਰ ਪਰ ਏਕੜ ਕਿੰਨਾ ਹੋ ਜੂਗਾ ਔਰ ਰੇਟ ਵੀ ਅੱਛਾ ਮਿਲ ਰਿਹਾ ਔਰ ਉਹਦੇ ਤੇ ਵੀ ਜਾਂਦੇ ਡਿਸਕਸ ਹੋਊਗਾ ਤੇ ਪਰਾਲੀ ਸਾੜਨ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਕਿ ਉਹ ਉਧਾ ਨੁਕਸਾਨ ਕਿਵੇਂ ਪੁੱਜ ਰਿਹਾ ਸਾਰੇ ਸਾਰੀ ਗੱਲਬਾਤ ਹੋਏਗੀ ਜੀ ਔਰ ਗੱਲਬਾਤ ਇਹ ਵੀ ਹੋਣੀ ਚਾਹੀਦੀ ਹੈ ਕਿ ਜਿਹੜੇ ਨਵੇਂ ਬਿੱਲ ਪਾਸ ਵੀ ਹੋਣ گورنر ਸਾਹਿਬ ਉਹਨੂੰ ਵੀ ਸਹੀ ਕਰ ਦੇਣ ਉਹਨੂੰ ਵੀ ਪਾਸ ਕਰ ਦੇਣ ਆਪਣੀ ਮਨਜ਼ੂਰੀ ਦੇ ਦੇਣ ਫੇਰ ਨਾ ਮਾਮਲੇ ਵਿੱਚ اٹਕ ਜਾਣ ਔਰ ਫਿਰ ਕਿਉਂਕਿ ਲੋਕਾਂ ਦੀ ਟੈਕਸ ਮਨੀ ਹੈ ਟੈਕਸ ਪੇਅਰਸ ਦੀ ਮਨੀ ਹੈ ਜੇ ਕਿਛ ਗੜਬੜ ਹੁੰਦੀ ਫੇਰ ਉਹ ਮਾਮਲਾ ਖਟਾਈਸ ਪੈ ਜਾਂਦਾ ਫੇਰ ਮਜ਼ਾ ਨਹੀਂ ਆਉਂਦਾ ਜੀ 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 ਬਰਾੜੀ ਦੀ ਤੁਸੀਂ ਗੱਲ ਕੀਤੀ ਹੈ ਆ ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਜ਼ਿਆਦਾ ਵੱਧ ਗਏ ਨੇ ਹਾਲਾਂਕਿ ਗਵਰਨਮੈਂਟ ਵੱਲੋਂ ਬਹੁਤ ਕੁਝ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਕਿ ਤੁਸੀਂ ਨਾ ਫੂਕੋ ਔਰ ਜਿਹੜਾ ਨਹੀਂ ਫੂਕੇਗਾ ਉਹਦੇ ਰਿਕਾਰਡ ਕਾਇਮ ਕਰੇਗਾ ਉਹਨੂੰ ਉਹਦੀ ਫਸਲ ਦੇ ਉੱਤੇ ਜ਼ਿਆਦਾ 100 ਰੁਪਏ ਜ਼ਿਆਦਾ ਪਰ ਕੁਇੰਟਲ ਦਿੱਤਾ ਜਾਏਗਾ ਕੁਝ ਐਦਾਂ ਦੀਆਂ ਵੀ ਗੱਲਾਂ ਕੀਤੀਆਂ ਗਈਆਂ ਔਰ ਉਤਸ਼ਾਹਿਤ ਕਰਨਾ ਜ਼ਰੂਰੀ ਵੀ ਹੈ ਸਰਕਾਰਾਂ ਵੱਲੋਂ ਔਰ ਨਾਲ ਹੁਣ ਸਖਤ ਕਾਨੂੰਨ ਵੀ ਹੋਣੇ ਚਾਹੀਦੇ ਨੇ ਕੇਂਦਰ ਵੱਲੋਂ ਜਾਂਚ ਟੀਮ ਪੰਜਾਬ ਪਹੁੰਚ ਗਈ ਹੈ ਇਹ ਦੇਖਣ ਵਾਸਤੇ ਕਿ ਪ੍ਰਾਲੀ ਨੂੰ ਅੱਗ ਲਾਉਣ ਵਾਲੇ ਕਿੰਨੇ ਕਨੇ ਔਰ ਉਹਦਾ ਕੀ ਅਸਰ ਹੋ ਰਿਹਾ ਵਾਤਾਵਰਣ ਤੇ ਇਹ ਹੁਣੇ ਇਹ ਐਲਾਨ ਕੀਤਾ ਕੇਂਦਰ ਨੇ ਕਿ ਪੰਜਾਬ ਕੋਈ ਨਹੀਂ ਇਹ ਕਾਬੂ ਚਾਇਆ ਨਹੀਂ ਕੰਟਰੋਲ ਕਰ ਸਕੇ ਜਿਹੜੇ ਪ੍ਰਾਲੀ ਨੂੰ ਸਾੜਨ ਦਾ ਜਿਹੜੇ ਸਾਰੇ ਪਾਸੇ ਨੁਕਸਾਨ ਹੋ ਰਿਹਾ ਔਰ ਪ੍ਰਦੂਸ਼ਣ ਇੰਨਾ ਵੱਧ ਗਿਆ ਦਿੱਲੀ ਚ ਸਾਹ ਲੈਣਾ ਔਖਾ ਹੋ ਗਿਆ ਬਠਿੰਡਾ ਖਾਸ ਕਰਕੇ ਜਿਹੜੇ ਹਵਾ ਦਾ ਗੁਣਮੰਤਾ ਉਹ ਬੜੀ ਖਰਾਬ ਹੋ ਗਈ ਹੈ ਉਦੋਂ ਜਿਹੜਾ 에ਅਰ ਕੁਆਲਿਟੀ ਆ ਉਹ ਬਹੁਤ ਮਾੜੀ ਆ ਰਹੀ ਆ ਔਰ ਫੇਫੜੇ ਲੋਕਾਂ ਦੇ ਜਿਹੜੇ ਹੈਗੇ ਆ ਨਾ ਉਹ ਬੰਦ ਹੀ ਹੋਣ ਵਾਲੀ ਗੱਲ ਆ ਸਾਰੇ ਨਾ ਖਾ ਗਿਆ ਔਰ ਇਹਦੇ ਤੋਂ ਬਾਅਦ ਇੱਕ ਇਹਨਾਂ ਨੇ ਕਿਹਾ ਕਿ ਜਿਹੜੇ ਵੀ ਕਿਸਾਨ ਪਰਾਲੀ ਸਾੜਨਗੇ ਉਹਨਾਂ ਦੇ ਫਰਦਾਂ ਤੇ ਉਹਨਾਂ ਦੇ ਰੈਡ ਐਂਟਰੀ ਕਰ ਦਿੱਤੀ ਵੀ ਉਹਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਊਗੀ ਜਿਹੜੇ ਸਾੜ ਰਹੇ ਆ ਉਹ ਕਿਸਾਨਾਂ ਦਾ ਇਸ ਪਾਸੇ ਜਵਾਬ ਬੰਦੇ ਸੀ ਕਿੱਥੇ ਜਾਈਏ ਫਿਰ ਪਰਾਲੀ ਕਣਕ ਦੀ ਬਜਾਈ ਆ ਗਈ ਹੈ ਸਾਨੂੰ ਦੱਸੋ ਕਿ ਪਰਾਲੀ ਕਿੱਥੇ ਸੁੱਟੀ ਕੀ ਕਰੀਏ कोरोना ने क्या सीखा कैसे ये द पराली चुक्कन ਦਾ ਪ੍ਰਬੰਧ ਕਰਾਂਗੇ ਜਦੋਂ ਪੰਜਾਬ ਗਵਰਨਮੈਂਟ ਕੋ ਵੀ ਇਹ ਨਾ ਨਹੀਂ ਹੋਇਆ ਔਰ ਉਹਦੇ ਚ ਹਰਿਆਣਾ ਤੱਕ ਹਰਿਆਣਾ ਤੱਕ ਵੀ ਜਿਹੜਾ ਪ੍ਰਦੂਸ਼ਣ ਗਿਆ ਔਰ ਉਹਨਾਂ ਦੇ ਕਿਸਾਨ ਵੀ ਸਾੜੀ ਜਾਂਦੇ ਆ ਜਿਹੜੇ ਕਿਸਾਨ ਐਸ ਵੇਲੇ पराली ਸਾੜਨ ਤੋਂ ਨਹੀਂ ਹਟੇ ਉਹਨਾਂ ਲਈ ਇੱਕ ਉੱਤ ਕਮੇਟੀ ਬਣ ਕੇ ਆ ਗਈ ਹੈ ਕੇਂਦਰ ਤੋਂ ਕੇਂਦਰ ਨੇ ਐਲਾਨ ਕਰਤਾ ਉਹ ਆਉਣਗੇ ਔਰ ਇਮੀਡੀਏਟਲੀ ਇਹਨਾਂ ਤੇ ਜਿਹੜਾ ਫੜਿਆ ਗਿਆ ਉਹਦੇ ਤੇ ਉਸੇ ਵੇਲੇ ਪੁਲਿਸ ਨੂੰ ਬੁਲਾ ਕੇ ਫਾਇਰ ਲਾਜ ਹੋ ਗਈ ਔਰ ਤੇ ਕੇਸ ਗ੍ਰਿਫਤਾਰੀ ਦਾ ਜਿਹੜਾ ਉਹ ਨਾਲ ਐਲਾਨ ਕੀਤਾ ਜਾਊਗਾ ਔਰ ਇਹ ਸਰਕਾਰ ਕੇਂਦਰੀ ਵੱਲੋਂ ਹੋ ਗਿਆ ਔਰ ਤਿੰਨ ਟਕਰਾ ਬਣ ਬਣ ਗਏ ਇੱਕ ਪਾਸੇ ਪੰਜਾਬ ਗਵਰਨਮੈਂਟ ਆ ਗਈ ਇੱਕ ਪਾਸੇ ਜਿਹੜੀ ਦੂਜੀ ਕੇਂਦਰ ਸਰਕਾਰ ਆ ਗਈ ਇੱਕ ਪਾਸੇ ਕਿਸਾਨ ਆ ਗਏ ਤੇ ਇੱਕ ਪਾਸੇ ਕਿਸਾਨਾਂ ਦੀ ਜਥੇਬੰਦੀਆਂ ਆ ਗਈਆਂ ਹੁਣ ਚਾਰ ਜਥੇਬੰਦੀਆਂ ਚਾਰ ਪਾਵਰ ਰਲ ਗਈਆਂ ਪਰ ਉਹਦੇ باوجود ਵੀ ਅਜੇ ਇਹ ਕੰਮ ਜਿਹੜਾ ਕੰਟਰੋਲ ਚ ਨਹੀਂ ਆਇਆ ਕਿਉਂਕਿ ਇਹ ਹਰ ਵਾਰ ਐਤਕੀ ਨਹੀਂ ਹੋਇਆ ਕਿ ਜਦੋਂ ਆਪ ਸਰਕਾਰ ਆਈ ਹੈ ਇਹ ਜਦੋਂ ਅਕਾਲੀ ਦਲ ਰਿਹਾ ਉਹਦੇ ਵੀ ਇਹ ਰੌਲਾ ਰਿਹਾ ਜੇ ਤਾਂ ਕਾਂਗਰਸ ਰਹੀ ਉਦੋਂ ਵੀ ਰੌਲਾ ਰਿਆ ਬੀਜੇਪੀ ਰਹੀ ਉਦੋਂ ਵੀ ਰੌਲਾ ਰਿਆ ਜਿੰਨੀਆਂ ਸਰਕਾਰਾਂ ਆਈਆਂ ਨਹੀਂ ਰੁਕਿਆ ਜਿਸ ਤਰ੍ਹਾਂ ਨਸ਼ਿਆਂ ਨੂੰ ਰੋਕਣ ਦਾ ਨਸ਼ਿਆਂ ਨੂੰ ਜਿਹੜਾ ਕਾਬੂ ਕਰਨ ਦਾ ਇਹਨਾਂ ਨੇ ਐਲਾਨ ਕੀਤਾ ਸਾਰ ਸਰਕਾਰ ਨੇ ਕਿਸੇ ਕੋ ਕੰਟਰੋਲ ਲਿਆ ਉਹੀ ਹਾਲ ਪਰਾਲੀ ਸੜਨ ਦਾ ਹੈਗਾ ਔਰ ਇਹਨਾਂ ਨੇ ਸਬਸਿਡੀ ਦਿੱਤੀ ਹੈ ਆਪ ਸਰਕਾਰ ਨੇ ਬਹੁਤ ਕੁਝ ਉਹਨਾਂ ਨੂੰ ਮਸ਼ੀਨਰੀ ਦਿੱਤੀ ਆ ਉਹਦੀ ਵੀ ਜਾਂਚ ਲਈ ਕੇਂਦਰ ਤੋਂ ਕਮੇਟੀ ਆ ਰਹੀ ਹੈ ਉਹਦੇ ਵਿੱਚ ਜਾਂਦੇ ਕਪੜੇ ਹੋਏ ਆ ਬੜਾ ਕੁਝ ਕਪੜੇ ਤੇ ਕਪੜਾਈ ਹੋ ਰਹੀ ਆ ਜਿਹੜਾ ਵੀ ਕੰਮ ਹੁੰਦਾ ਕੋਈ ਕਲੀਅਰ ਨਹੀਂ ਹੁੰਦਾ ਕੇਂਦਰ ਸਰਕਾਰ ਵੀ ਉਹ ਤਿਆਕਰ ਰੱਖਦਾ ਕਿਉਂਕਿ ਸਬਸਿਡੀ ਕੇਂਦਰ ਸਰਕਾਰ ਵੀ ਦਿੰਦਾ ਕਿਸਾਨਾਂ ਨੂੰ ਔਰ ਕਿਸਾਨ ਜਿਹੜੇ ਹੈਗੇ ਆ ਦੋ ਪਾਸੇ ਮਲੇ ਜਾ ਰਿਹਾ ਦੋ ਪਾਸੇ ਜਿਹੜੇ ਉਹਨਾਂ ਦਾ ਟਕਰਾਅ ਹੋ ਜਾਂਦਾ ਐਮਐਸਪੀ ਮੰਗਦੇ ਆ ਹਨਾ ਜਿਹੜਾ ਚੰਗਾ ਮੋਲ ਆ ਉਹ ਮੰਗਦੇ ਫਸਲਾਂ ਦਾ ਦੂਜੇ ਪਾਸੇ ਪਰਾਲੀ ਦਾ ਮੁੱਦਾ ਆ ਗਿਆ ਹਨਾ ਤੀਜੇ ਪਾਸੇ ਜਿਹੜੇ ਉਹਨਾਂ ਦੇ ਤਿੰਨ ਕਾਨੂੰਨ ਸੀਗੇ ਉਹ ਮਸਾਂ ਇਹਨਾਂ ਦੇ ਹੁਣ ਜਿਹੜੇ ਰਫਾਦਾਫਾ ਹੋਏ ਆ ਔਰ ਇਸ ਤਰ੍ਹਾਂ ਕਿਸਾਨ ਦੀ ਜੜੀ ਹੈਗੀ ਆ ਇਸ ਵੇਲੇ ਵਿੱਤੀ ਪਾਵਰ ਉਹ ਕਰਦੇ ਜਾ ਰਹੀ ਹੈ ਜਿਹੜੀ ਫਾਈਨੈਂਸ਼ੀਅਲ ਪਾਵਰ ਕਰਦੇ ਜਾ ਰਹੀ ਹੈ ਸਦੇ ਸੀਅਸਰਟ ਬਹੁਤ ਹੋ ਰਹੇ ਪੰਜਾਬ ਚ ਮੈਕਸਿਮਮ ਪੰਜਾਬ ਚ ਹੋ ਰਿਹਾ ਕੋਈ ਕਿਸੇ ਹੋਰ ਸੂਬੇ ਚ ਨਹੀਂ ਹੋ ਰਿਹਾ ਔਰ ਇਹ ਹੀ ਰਿਚੇਸਟ ਕੰਟਰੀ ਸਟੇਟ ਸੀਗਾ ਔਰ ਇਹਦੇ ਵਿੱਚ ਕਿਸਾਨ ਜਿਹੜੇ ਆ ਉੱਪਰ ਸੀਗੇ ਕਿਸਾਨਾਂ ਕੋਲ ਜ਼ਮੀਨ ਵੀ ਅੱਛੀ ਜਿਹੀ ਪਜਾਉ ਸੀਗੀ ਔਰ ਚੰਗਾ ਝਾੜ ਲੈਂਦੇ ਸੀ ਇੱਕ ਜ਼ਮਾਨਾ ਸੀ ਜਦੋਂ ਬਹੁਤ ਵੱਡੀ ਖੇਤੀ ਵੀ ਰਹੀ ਆ ਗ੍ਰੀਨ ਰੈਵੋਲੂਸ਼ਨ ਆਈ ਅਤੇ ਹਨਾ ਹਰਾ ਇਨਕਲਾਬ ਆਇਆ ਉਹ ਹੀ ਸੂਬਾ ਫਿਰ ਪਿਛਲੇ ਪੈਰੀ ਮੁੜ ਗਿਆ ਇਹਦੇ ਪਿੱਛੇ ਕੁਛ ਨਾ ਕੁਛ ਤੇ ਸਾਜ਼ਿਸ਼ ਹੈ ਚਾਹੇ ਕਿਸ ਸਰਕਾਰ ਦੀ ਹੈ ਚਾਹੇ ਕਿਸ ਏਜੰਸੀ ਦੀ ਹੈ ਕਿਸਾਨ ਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਔਰ ਕਿਉਂ ਉਹਨਾਂ ਨੂੰ ਫਿਰ ਇਸ ਤਰ੍ਹਾਂ ਦੇ ਨੁਕਸਾਨ ਉਠਾਉਣੇ ਪੈਂਦੇ ਆ ਔਰ ਉਹ ਚਿੰਤਕ ਜਿਹੜੇ ਆ ਉਹ ਵੀ ਪਿੱਛੇ ਹਟ ਕੇ ਬਹਿ ਜਾਂਦੇ ਆ ਔਰ ਜਿਸ ਤਰ੍ਹਾਂ ਐਸਐਸ ਜੌਨ ਸਾਹਿਬ ਨੇ ਪੰਜਾਬ ਦੇ ਸਰਦਾਰ ਅਸ ਸਿੰਘ ਜੌਨ ਉਹ ਬੜੇ ਅੱਛੇ ਦਾਰਸ਼ਿਕ ਨੇ ਔਰ ਇਕਨੋਮਿਸਟ ਬਹੁਤ ਤਗੜੇ ਨੇ ਇਕਨੋਮਿਸਟ ਬਹੁਤ ਬੜੇ ਔਰ ਹਰ ਕੰਟਰੀ ਚਾਰ ਸੂਬੇ ਚੱਲਨੇ ਸਮਾਗਮ ਕੀਤੇ ਆ ਔਰ ਉਹਨਾਂ ਦੀ ਸਲਾਹ ਜੇ ਲੈਣ ਮੇਰਾ ਖਿਆਲ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਉਸਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਥੋਂ ਦੇ ਖੇਤੀ ਮਾਹਰ ਨੇ ਸਾਇੰਟਿਸਟ ਨੇ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਜਿਹੜੇ ਮੰਤਰੀ ਬੋਲੇ ਜਾਣਗੇ ਜੇ ਮੁੱਖ ਮੰਤਰੀ ਇਕੱਲੇ ਬੋਲੀ ਜਾਊਗਾ ਤਾਂ ਉਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਜਿੰਨੀ ਦੇਰ ਤੱਕ ਜਿਹੜੇ ਪ੍ਰੈਕਟੀਕਲ ਤੌਰ ਤੇ ਜਿਨ੍ਹਾਂ ਨੇ ਸਟੱਡੀ ਕੀਤੀ ਆ ਜਿਨ੍ਹਾਂ ਨੇ ਖੇਤੀਬਾੜੀ ਬਾਰੇ ਕੁਝ ਨਾ ਕੁਝ ਖੋਜ ਕੀਤੀ ਆ ਉਹਨਾਂ ਨੂੰ ਲੈਣਾ ਗੱਲ ਕਰਨੀ ਚਾਹੀਦੀ ਹੈ ਫਿਰ ਇਹ ਮੁੱਦੇ ਜਿਹੜੇ ਆ ਸੋਲਵ ਹੋ ਸਕਦੇ ਆ ਫਿਰ ਇਹਦਾ ਕੁਝ ਅੱਛਾ ਸੋਲੂਸ਼ਨ ਹੋ ਸਕਦਾ ਨਹੀਂ ਤੇ ਇਹ ਫਿਰ ਖਟਾਈ ਚ ਰਹੂਗਾ ਸਾਰੇ ਦੇਖੋ ਗੱਲ ਇਹ ਹੈ ਕਿ ਸਰਦਾਰਾ ਸਿੰਘ ਜੋਹਲ ਵਰਗੇ ਜਿਹੜੇ ਸੀਨੀਅਰ ਨੇ ਜੀ ਔਰ ਮੈਂ ਬੜਾ ਖੁਸ਼ ਨਸੀਬਾ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਬੈਠ ਕੇ ਗੱਲਬਾਤ ਹੋਈ ਔਰ ਮੈਂ ਵੀ ਬਹੁਤ ਵਾਰੀਆਂ ਨਾਲ ਗੱਲਬਾਤ ਕੀਤੀ ਬਹੁਤ ਮਜ਼ਾ ਆਇਆ ਔਰ ਜਿੰਦਾ ਉਹਨਾਂ ਨੂੰ ਪੂਰੀ ਵਰਲਡ ਇਕਨੋਮੀ ਬਾਰੇ ਪਤਾ ਹੈ ਕੱਲੇ ਕੱਲੇ ਦੇਸ਼ ਦੀ ਇਕਨੋਮੀ ਬਾਰੇ ਆ ਵਾਸ ਨੋਲੇਜ ਜੀ ਸੋ ਇਦਾਂ ਦੇ ਇੰਟੈਲੀਜੈਂਟ ਬ੍ਰੇਨ ਜਿਸ ਸਟੇਟ ਦੇ ਅੰਦਰ ਹੋਣ ਉਸ ਸਟੇਟ ਦਾ ਇਹ ਹਾਲ ਹੋਵੇ ਤਾਂ ਮੈਨੂੰ ਇੱਕ ਸ਼ਬਦ ਇਸਤੇਮਾਲ ਕਰਨ ਲੱਗਾ ਖੁਦ ਮਹਿਸੂਸ ਹੋ ਰਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਸਵਾਪਾਗੇ ਵਧਦੇ ਆ ਜੀ ਬਲਵੰਤ ਸਿੰਘ ਰਾਜਵਾਨਾ ਜੀ ਉਹਨਾਂ ਦੀ ਰਹਿਮ ਦੀ ਅਪੀਲ ਆ ਉਹਦੇ ਉੱਤੇ ਹੁਣ ਕੀ ਐਕਸ਼ਨ ਹੋ ਰਿਹਾ ਇਹ ਕੇਸ ਜਿਹੜਾ ਹੈ ਇਹ 31 ਨਵੰਬਰ ਅ ਕਤਿ ਅਗਸਤ ਤੇ 1995 ਤੋਂ ਲੈ ਕੇ ਜਿਸ ਵੇਲੇ ਜਦੋਂ ਆ ਮਰਹੂਮ ਬੈਂ ਸਿੰਘ ਮੁੱਖ ਮੰਤਰੀ ਸਾਹਿਬ ਦਾ ਕਤਲ ਹੋਇਆ ਸੀਗਾ ਵਿਧਾਨ ਸਭਾ ਚ ਉਹਦੇ ਵਿੱਚ ਇਹਨਾਂ ਦੇ ਕੇਸ ਪਾਇਆ ਸੀਗਾ ਔਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀਗੀ ਇਹਨਾਂ ਨਹਾਵੜਾ ਸਾਹਿਬ ਵੀ ਸੀ ਉਹਨਾਂ ਨੂੰ ਤਾਂ ਉਮਰ ਕੈਦ ਦੀ ਹੋਗੀ ਦੋ ਹੋਰ ਸੀਗੇ ਨਸੀਬ ਸਿੰਘ ਉਹਨਾਂ ਨੂੰ ਅ ਗ੍ਰਿਫਤਾਰੀ ਉਹਨਾਂ ਦੀ ਸਜ਼ਾ ਮਾਫ ਹੋ ਗਈ ਔਰ ਇਹਨਾਂ ਤੇ ਫਾਂਸੀ ਦੀ ਸਜ਼ਾ ਸੀ ਫਿਰ ਇਹਨਾਂ ਨੇ ਸ਼ਰੋਮਣੀ ਕਮੇਟੀ ਦੁਆਰਾ ਜਿਹੜੀ ਆ ਰਹਿਮ ਦੀ ਅਪੀਲ ਕੀਤੀ ਸੀ ਉਹ ਰਾਸ਼ਟਰਪਤੀ ਨੂੰ ਔਰ ਉਹਨੂੰ 12 ਸਾਲ ਹੋ ਗਿਆ ਅਜੇ ਤੱਕ ਉਹਦਾ ਕੋਈ ਜਵਾਬ ਨਹੀਂ ਆਇਆ ਇਹਨਾਂ ਦੀ ਸਿਸਟਰ ਇਹਨਾਂ ਦੀ ਭੈਣ ਅ ਰਜਵਾਨਾ ਦੀ ਅ ਕਮਲਜੀਤ ਕਰੋ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਉਹ ਵੀ ਦਿੱਲੀ ਤੱਕ ਗਿਆ ਪ੍ਰਧਾਨ ਮੰਤਰੀ ਸਾਹਿਬ ਤੱਕ ਗਿਆ ਉਹਨਾਂ ਦਾ ਸਾਰਾ ਪਰਿਵਾਰ ਉੱਥੇ ਗਿਆ ਔਰ ਇਹਨਾਂ ਨੂੰ 12 ਦੇ ਵਿੱਚ ਤੇ ਇੱਕ ਬ੍ਰਿਫਾਂਸੀ ਦੀ ਸਜ਼ਾ ਹੋਈ ਗਈ ਸੀ ਫਿਰ ਉਹਦੇ ਤੇ ਜਦੋਂ ਇਹਨਾਂ ਨੇ ਰਾਸ਼ਟਰਪਤੀ ਨੂੰ ਨਵੇਦਨ ਕਰ ਦਿੱਤਾ ਫਿਰ ਉਹਦੇ ਤੇ ਰੋਕ ਲੱਗੀ ਫਿਰ ਥੋੜੀ ਰੋਕ ਲੱਗੀ ਪਰ ਉਹ ਅਜੇ ਤੱਕ ਪੈਂਡਗਾ ਔਰ ਨਾ ਤਾਂ ਉਹਨਾਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਹੋਈ ਹੈ ਕਿਸੇ ਪਾਸੇ ਨਹੀਂ ਔਰ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਐਸਜੀਪੀਸੀ ਨੂੰ ਸ਼੍ਰੋਮਣੀ ਕਮੇਟੀ ਨੂੰ ਅਲਟੀਮੇਟਮ ਅਲਟੀਮੇਟਮ ਦਿੱਤਾ 20 ਦਿਨ ਦਾ ਇਹਦੇ ਦੇ ਵਿੱਚ ਵਿੱਚ ਤੁਸੀਂ ਨਿਬੜ ਜਾਓਗੇ ਕਰ ਲਓਗੇ ਨਹੀਂ ਤੇ ਫਿਰ ਉਸ ਤੋਂ ਬਾਅਦ ਕੀ ਦੇਖੀਏ ਔਰ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਬਲਬੀਰ ਸਿੰਘ ਜਥੇਦਾਰ ਜੀ ਉਹਨਾਂ ਨੂੰ ਇਹਨਾਂ ਨੇ ਅਪੀਲ ਕੀਤੀ ਸੀ ਕਿ ਤੁਸੀਂ ਇਹਦੇ ਵਿੱਚ ਪੈਰਵਾਈ ਕਰਕੇ ਇਹਦੇ ਵਿੱਚ ਉਹਨਾਂ ਨਾਲ ਮਿਲ ਕੇ ਤੁਸੀਂ ਇਹਨੂੰ ਜਿਹੜਾ ਹੁਮਰ ਕੈਦ ਵਿੱਚ ਮੇਰੀ ਜਿਹੜੀ ਸਜ਼ਾ ਉਹਨੂੰ ਤਬਦੀਲ ਕਰਾਓ ਔਰ ਉਹ ਹੁਣ ਪਾ ਲਾ ਕੇ ਜੇ ਉੱਥੇ ਦਾ ਉੱਥੇ ਹੀ ਹੈਗਾ ਕੇਸ ਜਦੋਂ ਕਿ ਇਹਨਾਂ ਨੇ ਜਿਹੜੀਆਂ ਸਿੱਖ ਏਜੰਸੀਆਂ ਨੇ ਜਾਂ ਸਿੱਖ ਧਾਰਮਿਕ ਏਜੰਸੀਆਂ ਨੇ ਉਹਨਾਂ ਨੇ ਕਹਿਤਾ ਕਿ ਜਿਹੜੇ ਰਾਮ ਰਹੀਮ ਜੀ ਨੇ ਉਹਨਾਂ ਨੂੰ ਪੈਰੋਲ ਤੇ ਕਿੰਨੀ ਵਾਰੀ ਬਾਹਰ ਆ ਗਿਆ ਔਰ ਕਿੰਨੀ ਵਾਰੀ ਉਹਨਾਂ ਤੇ ਜਿਹੜੇ ਦੋਸ਼ਣ ਲੱਗੇ ਆ ਕਈ ਉਹਨਾਂ ਤੇ ਤਾਰਾ ਲੱਗੀਆਂ ਔਰ ਹੁਣ ਵੀ ਉਹਨਾਂ ਤੇ ਜਦੋਂ ਉਹਨਾਂ ਨੇ ਕੁਝ ਗਲਤ ਬੋਲੇ ਸੀ ਟਿੱਪਣੀ ਗਲਤ ਕੀਤੀ ਸੀ ਭਗਤ ਕਬੀਰ ਵਰਜੇ ਬਾਰੇ ਜੀ ਉਹਨਾਂ ਦੇ ਵੀ ਐਫ ਆਈ ਆਰ ਲਾਜ ਹੋਈ ਸੀ ਉਹ ਵੀ ਉੱਤੋਂ ਖਾਰਜ ਹੋ ਗਈ ਉਧਰ ਉਹ ਕਹਿੰਦੇ ਕਿ ਇੱਕ ਪਾਸੇ ਇਹ ਹੋ ਰਿਹਾ ਇੱਕ ਪਾਸੇ ਜਿਹੜੇ ਦੂਸਰੇ ਧਾਰਮਿਕ ਏਜੰਸੀਆਂ ਦਾ ਧਾਰਮਿਕ ਆਗੂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਔਰ ਇੱਕ ਪਾਸੇ ਉਹ ਸਰਕਾਰੀ ਤੌਰ ਤੇ ਕਹਿੰਦੇ ਉਹਨਾਂ ਦੇ ਗਵਾਹ ਵੀ ਬਣ ਜਾਂਦੇ ਆ ਉਹਨਾਂ ਨੂੰ ਜਿਹੜੇ ਨਾਲ ਵਕੀਲ ਵੀ ਆ ਜਾਂਦੇ ਆ ਉਹਨਾਂ ਦਾ ਕੇਸ ਫ੍ਰੀ ਚ ਲੜੇ ਜਾਂਦੇ ਤੇ ਸਾਡੇ ਪੈਸੇ ਵੀ ਬਰਬਾਦ ਹੋ ਰਹੇ ਆ ਸਾਡੀ ਸਜ਼ਾ ਵੀ ਉਸੇ ਤਰ੍ਹਾਂ ਹੀ ਨਹੀਂ ਉਹਨਾਂ ਨੂੰ ਕੋਈ ਖਾਰਜ ਨਹੀਂ ਕੀਤਾ ਗਿਆ ਔਰ ਇਹ ਹੁਣ ਐਸਜੀਪੀਸੀਐਚ ਚ ਜਿਆਦਾ ਕੰਮ ਕਰ ਰਹੀ ਹੈ ਔਰ ਉਹਦੇ ਚ ਜੱਜ ਸਾਹਿਬ ਦਾ ਅਪੀਲ ਵੀ ਕੀਤੀ ਉਹਨਾਂ ਨੇ ਕਿ ਇਸ ਨੂੰ ਥੋੜਾ ਜਿਹਾ ਬਦਲਾਂਗੇ ਔਰ ਉਹਨਾਂ ਦੀ ਜਾਨ ਬਚਾਉਣ ਲਈ ਅਸੀਂ ਪੂਰਾ ਜ਼ੋਰ ਲਾਵਾਂਗੇ ਸਾਡਾ ਕਾਨੂੰਨ ਬਲਕਾਰ ਜੀ ਇਹ ਕਹਿੰਦਾ ਕਿ ਕਸੂਰਵਾਰ ਤੇ ਬੇਕਸੂਰ ਦੋਵਾਂ ਦੇ ਵਿੱਚ ਕਿੱਦਾਂ ਅਸੀਂ ਫੈਸਲਾ ਕਰਨਾ ਹੈ ਠੀਕ ਹੈ ਨਾ ਹੁਣ ਜੋ ਫਰਾਂਸ ਦਾ ਕਾਨੂੰਨ ਲਿੱਤਾ ਜਾਵੇ ਉਹ ਕਹਿੰਦਾ ਕਿ ਜਦੋਂ ਤੁਹਾਡੇ ਉੱਤੇ ਇਲਜ਼ਾਮ ਲੱਗ ਗਿਆ ਤੁਸੀਂ ਕਸੂਰਵਾਰ ਹੋ ਤੁਸੀਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨਾ ਹੈ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਜਦੋਂ ਤੁਹਾਡੇ ਤੇ ਇਲਜ਼ਾਮ ਲੱਗਾ ਤੁਸੀਂ ਕਸੂਰਵਾਰ ਨਹੀਂ ਹੋ ਤੁਹਾਨੂੰ ਕਸੂਰਵਾਰ ਸਾਬਤ ਕਰਨਾ ਪਏਗਾ ਤੁਸੀਂ ਬੇਕਸੂਰ ਹੋ ਜਦੋਂ ਤੱਕ ਇਲਜ਼ਾਮ ਸਾਬਤ ਨਹੀਂ ਹੋ ਜਾਂਦਾ ਠੀਕ ਹੈ ਔਰ ਦੂਜੀ ਗੱਲ ਇਹ ਮਾਹਿਰ ਕਹਿੰਦੇ ਨੇ ਕਿ ਬੇਕਸੂਰੇ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਜੇ ਕਸੂਰਵਾਰ ਬੱਚ ਵੀ ਗਿਆ ਨਾ ਕੋਈ ਗੱਲ ਨਹੀਂ ਉਹ ਫਿਰ ਕਦੇ ਗੇਟ ਚ ਆਜੂ ਪਰ ਬੇਕਸੂਰ ਨੂੰ ਕਦੀ ਸਜ਼ਾ ਨਹੀਂ ਹੋਣੀ ਚਾਹੀਦੀ ਇਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਕਿ ਕੀ ਕਸੂਰ ਹੈ ਤੇ ਕੀ ਕਸੂਰ ਨਹੀਂ ਹੈ ਔਰ ਕਾਨੂੰਨ ਨੂੰ ਜਿੱਦਾਂ ਵੀ ਆਪਣਾ ਕੰਮ ਕਰਨਾ ਹੈ ਔਰ ਉਸ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਜੋ ਸਚਾਈ ਹੈ ਔਰ ਜੋ ਸਚਾਈ ਨਹੀਂ ਹੈ ਉਹਦਾ ਨਖੇੜਾ ਹੁਣ ਹੋਣਾ ਚਾਹੀਦਾ ਸੋ ਜਾਂਦੇ ਜਾਂਦੇ ਆਪਾਂ ਕਿਉਂਕਿ ਭੈਣ ਭਰਾ ਦੇ ਜਿਹੜੇ ਪਿਆਰ ਦੇ ਤਿਉਹਾਰ ਨੇ ਜਿਵੇਂ ਰਖੜੀ ਹੁੰਦੀ ਹੈ ਇੱਕ ਭਾਈ ਦੂਜ ਵੀ ਹੁੰਦੀ ਹੈਗੇ ਪੈਣਾ ਆਪਣੇ ਭਰਾ ਦਾ ਮੱਥਾ ਚੁੰਮਦੀਆਂ ਨੇ ਮੱਥਾ ਚੁੰਮ ਕੇ ਉਹਨੂੰ ਟਿੱਕਾ ਲਾਉਂਦੀਆਂ ਨੇ ਜਿਸ ਤਰ੍ਹਾਂ ਦੀ ਜਿੱਦਾਂ ਦੀ ਰਿਵਾਇਤ ਬਣੀ ਹੋਈ ਹੈ ਮਤਲਬ ਗੱਲ ਇਹ ਹੈ ਕਿ ਭੈਣ ਤੇ ਭਰਾ ਦੇ ਪਿਆਰ ਦਾ ਇੱਕ ਪ੍ਰਤੀਕ ਹਾਂ ਇਹ ਭਾਈ ਦੂਜ ਟਿੱਕਾ ਦਿਵਸ ਹੈਗਾ ਅੱਜ ਦੇ ਦਿਨ ਔਰ ਇਹਦੇ ਵਿੱਚ ਭੈਣਾ ਦਾ ਪਿਆਰ ਔਰ ਭਰਾਵਾਂ ਦਾ ਪਿਆਰ ਜਿਹੜਾ ਹੈਗਾ ਵੱਡੀ ਉਮਰ ਦੀ ਜਿਹੜੀ ਵਾਹਿਗੁਰੂ ਅਕੀਰਦਾਸ ਕਰਨ ਦਾ ਤਿਹਾਰ ਹੈ ਔਰ ਇਹਦੇ ਇਸ ਤਿਹਾਰ ਵਿੱਚ ਥੋੜਾ ਜਿਆਦਾ ਧਾਰਮਿਕ ਪਿਸ਼ੋਕਰ ਵੀ ਹੈ ਕਿ ਕੁਝ ਕਹਿੰਦੇ ਨੇ ਕਿ ਧਰਮਰਾਜ ਜਦੋਂ ਆਪਣੇ ਭੈਣ ਦੇ ਘਰ ਪਹੁੰਚੇ ਇਹਦੇ ਵਿੱਚ ਇਹ ਆ ਕਿ ਜਿਹੜਾ ਉਹ ਭੈਣ ਦੇ ਘਰ ਚ ਭਰਾ ਆਉਂਦਾ ਭੈਣ ਰਕੜੀ ਬੰਨਣ ਜਾਂਦੀ ਹੈ ਪਰ ਉਹਦੇ ਉਲਟਾ ਕਿ ਭਰਾ ਭੈਣ ਕੋੜਾਉਂਦਾ ਔਰ ਭੈਣ ਉਹਦਾ ਮੱਥਾ ਚੁੰਮ ਕੇ ਜਿਦਾਂ ਤੁਸੀਂ ਦੱਸਿਆ ਔਰ ਟਿੱਕਾ ਲਾਉਂਦੀ ਹੈ ਔਰ ਅਰਦਾਸ ਕਰਦੀ ਹੈ ਪ੍ਰਮਾਤਮਾ ਅਗੇ ਕਿ ਮੇਰੇ ਵੀਰ ਦੀ ਜੁਗਾਂ ਜੁਗ ਵੱਡੀ ਉਮਰ ਕਰੋ ਔਰ ਉਹਦੇ ਚ ਧਰਮਰਾਜ ਨੇ ਆਪਣੀ ਭੈਣ ਨੂੰ ਜਦੋਂ ਕਿਹਾ ਔਰ ਉਹਨਾਂ ਨੇ ਟਿੱਕਾ ਲਾ ਕੇ ਨੇ ਕਿਹਾ ਕਿ ਤੁਸੀਂ ਜਿਹੜੇ ਹੈਗੇ ਆ ਪੈਣਾ ਦੀ ਅਰਦਾਸ ਨੂੰ ਸਵੀਕਾਰ ਕਰੋਗੇ ਔਰ ਉਹਦੇ ਚ ਪੈਣਾ ਜੀ ਵੱਡੀ ਉਮਰ ਦੀ ਪ੍ਰਾਰਥੀ ਉਮਰ ਮੰਗਦੀਆਂ ਵੱਡੀ ਉਮਰ ਤੇ ਉਹਨੂੰ ਤੁਸੀਂ ਉਹਦੇ ਚ ਕੋਈ ਵਿਗਨ ਨਹੀਂ ਪਾਓਗੇ ਉਹ ਲਗਾਤਾਰੀ ਉਮਰ ਪਹੁੰਚਣਗੇ ਜਿੰਨੀ ਅਸੀਂ ਅਰਦਾਸ ਕਰਦੀਆਂ ਔਰ ਇਹ ਵੱਡਾ ਇਤਿਹਾਸ ਇਹਦੇ ਬਾਰੇ ਔਰ ਬਹੁਤ ਸਾਰੇ ਤਿਉਹਾਰ ਔਰ ਅਰਦਾਸਾਂ ਤਾਂ ਪੈਣਾ ਕਰਦੀਆਂ ਮਾਵਾਂ ਵੀ ਕਰਦੀਆਂ ਔਰ ਭਰਾਵਾਂ ਭਰਾਵਾਂ ਦੀ ਭਾਵੇਂ ਲੜਾਈ ਪੈ ਜੇ ਪਰ ਫਿਰ ਵੀ ਭਰਾ ਕਹਿੰਦੇ ਕਿ ਸਾਡਾ ਭਰਾ ਸਾਡੇ ਨਾਲ ਹੀ ਰਹੇ ਔਰ ਸ਼੍ਰੀਕਾ ਭਾਈਚਾਰਾ ਇਸੇ ਤਰ੍ਹਾਂ ਚੱਲਦਾ ਰਹੇ ਜੀ ਚਲੋ ਪਿਆਰ ਮੁਹੱਬਤ ਬਣਿਆ ਰਹੇ ਇਹ ਸਾਡੇ ਇਸ ਪਲੇਟਫਾਰਮ ਤੋਂ ਸਭ ਦੇ ਲਈ ਦੁਆ ਵੀ ਹੈ ਅਰਦਾਸ ਵੀ ਹੈ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ ਆਪਣੇ ਆਈਡੀਆ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ ਯੂਐਸਟੀਵੀ ਸਬਸਕ੍ਰਾਈਬ ਕਰੋ ਜੀ 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 ਬਿਲਕੁਲ ਚੱਲੀਏ ਤੁਸੀਂ ਕਿਹੜੀ ਦਾ ਟਾਈਮ ਦੇਖ ਰਹੇ ਹੋ ਇਹਦਾ ਮਤਲਬ ਹੁਣ ਚੱਲਿਆ ਜਾ ਰਿਹਾ ਬਿਲਕੁਲ ਬਿਲਕੁਲ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ